ਸਿੱਧੂ ਬਾਈ ਨੇ ਗਾਣਾ ਗਾਉਣਾ ਸੀ ਜੰਗ ਢਿੱਲ ਦਾ, ਬੇਬੇ ਤੱਤੀ ਬਾਪੂ ਕੱਬਾ ਤੇਰੇ ਜੇਠ ਦੇ ਔਰ ਫੁੱਲ ਕੈੜੇ ਨੇ, ਨੂੰਹ ਬਣ ਗਈ ਜਿਹੜੀ ਲਾਣੀ ਦੇ, ਜੱਟ ਬੂਟ ਬੜੇ ਜੱਟ ਭੈੜੇ ਨੇ, ਹੀਰੇ ਤੋਂ ਮਿੱਟੀ ਬਣ ਜਾਗੇ ਪਰ ਹੱਥ ਬਦਲ ਬਾਈ ਜਾ ਰਿਹਾ ਮਤਲਬ ਜਿੱਦਾਂ ਟੈਚੀ ਰੱਖ ਰਿਹਾ ਹੁਣ, ਤੇ ਮੈਂ ਖੜੀ 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 ਬਾਈ ਕਹਿੰਦਾ ਕੀ ਹੋ ਗਿਆ, ਮੈਂ ਕਿਹਾ ਮੇਰੀ ਨਾ ਮੈਡਮ ਵਾਲੀ ਵੱਡੀ ਫੈਨ ਆ ਯਾਰ, ਮੈਂ ਕਿਹਾ ਸਾਈਨ ਕਰਕੇ ਦੇ ਦੇ ਯਾਰ, ਆਟੋਗ੍ਰਾਫ ਦੇ ਦੇ, ਮੈਂ ਮੇਰੀ ਹਾਈਲਾਈਟਸ ਨਿਕਲ ਜੂਗੀ, ਵੀਡੀਓ ਵਗੈਰਾ ਪਾਈ ਜਾਂਦਾ ਯਾਰ, ਸਾਈਨ ਕਰਕੇ ਦੇ ਤੇ ਉਹ ਸ਼ਾਇਦ ਮੈਂ ਪੇਜ ਦੇ ਵਿੱਚ ਉਹ ਲੈ ਕੇ, ਫਿਰ ਉਹਨਾਂ ਨੂੰ ਮੈਨੂੰ ਲੱਗਦਾ ਸ਼ਾਇਦ ਅੱਜ ਵੀ ਉਹਨਾਂ ਕੋਲ ਹੋਵੇ ਆਟੋਗ੍ਰਾਫ, ਉਹ ਸਿੱਧੂ ਮੂਸੇ ਵਾਲਾ। ਤੁਹਾਡੀ ਪਹਿਲੀ ਮੁਲਾਕਾਤ ਕਦੋਂ ਹੋਈ ਸੀ? ਸਕੂਲ ਦੇ ਵਿੱਚ ਮੇਰੇ ਬ੍ਰਦਰ ਨਾਲ ਸਕੂਲਿੰਗ ਆ ਬਾਈ, ਜੋ ਵਿਦਿਆ ਭਾਰਤੀ ਸਕੂਲ ਦੇ ਵਿੱਚ ਪੜ੍ਹਿਆ ਨਾ ਬਾਈ, ਸੀ ਡੀ ਲਈ ਸੀ ਉਹਦੇ ਤੋਂ, ਜਾਗੋਵਾਲ ਜਥਿਆਂ ਦੀ ਸੀ ਡੀ ਸੀ, ਉਹ ਬਹੁਤ ਸੁਣਦਾ ਹੁੰਦਾ ਸੀ ਸ਼ੇਰਾਂ ਦੇ ਡੇਰਿਆਂ ਤੇ, ਅੱਜ ਗਿੱਦੜ ਕਰਨ ਗਲੋਲਾਂ, ਉਹ ਮੈਨੂੰ ਲੱਗਦਾ ਹਜੇ ਵੀ ਪਈ ਹੋਊ ਸਾਡੇ ਕੋਲ, ਤਵਾ ਪਤਾ ਡਿੱਗ ਗਿਆ ਕਿ ਜਦੋਂ ਸਿੱਧੂ ਬਾਈ ਤੋਂ ਲਈ ਸੀ। ਹਾਂ ਸਿੱਧੂ ਬਾਈ ਤੋਂ ਲਈ, ਜਿਨ੍ਹਾਂ ਨੇ ਜਾਗੋ ਅਸਲੀ ਗਾਈ ਹੋਈ ਹੈ, ਸਿੰਘਾ ਜਾਗ ਬਈ ਹੁਣ ਜਾਗੋ ਆਈ ਹੈ, ਕਿੱਧਰੋਂ ਆਈ ਹੈ, ਐਡੀ ਕੁ ਸਰੀਲੀ ਆਵਾਜ਼ ਹੋਣ ਦੇ ਬਾਵਜੂਦ ਉਹਨਾਂ ਦੀ ਉਸ ਟਾਈਮ ਦੇ ਵਿੱਚ ਜ਼ੁਬਾਨ ਕੱਟ ਦਿੱਤੀ ਗਈ, ਐਡਾ ਤਸ਼ੱਦਦ ਸੀ। ਇੱਕ ਗੀਤ ਉਹ ਗੁਲਾਬ ਨੇ ਗਾਉਣਾ ਯਾਰ, ਹਜੇ ਜਾਨ ਲੀਕ ਨਾ ਕਰੀ, ਪਰ ਮੈਂ ਅੱਜ ਗਾਉਣ ਲੱਗਿਆ, ਪਹਿਲੀ ਮਾਫੀ ਮੰਗ ਲੈਣਾ ਗੁਲਾਬ ਬਾਈ, ਮੈਂ ਸੌਰੀ ਹਣਾ, ਮੈਂ ਗੀਤ ਗਾਉਣ ਲੱਗਿਆ ਤੇਰਾ। ਸਿੰਗਰ ਕਾਫੀ ਨੇ ਅੱਜ ਜਿਹੜੇ ਬਹੁਤ ਵਧੀਆ ਮੁਕਾਮ ਤੇ ਨੇ, ਯੂਥ ਫੈਸਟੀਵਲ 'ਚ ਬੋਲੀਆਂ ਪਾਉਂਦੇ ਹੁੰਦੇ ਸੀ, ਨਿੰਜਾ ਬਾਈ ਹੋ, ਸਿੱਧੂ ਬਾਈ ਹੋ ਗਏ, ਵੀਰੇ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਚੈਨਲ ਦੇ ਵਿੱਚ। ਸਤਿ ਸ਼੍ਰੀ ਅਕਾਲ ਬਾਈ ਜੀ, ਸੁੱਖ ਵੀਰੇ ਬਹੁਤ ਬਹੁਤ ਧੰਨਵਾਦ, ਤੁਹਾਡਾ ਚੈਨਲ ਵੀ ਬਹੁਤ ਸੋਹਣਾ, ਬਹੁਤ ਸੋਹਣੇ ਕੰਟੈਂਟ ਹੁੰਦੇ ਆ, ਧੰਨਵਾਦ, ਅਸੀਂ ਆਸ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦਿਨ ਰਾਤ ਦੁੱਗਣੀ ਤਰੱਕੀ ਕਰੋ। ਪਹਿਲਾਂ ਇਹ ਦੱਸੋ ਵੀ ਤੁਸੀਂ ਬਾਹਰ ਜਾ ਕੇ ਆਏ ਹੋ ਹੁਣੇ, ਪ੍ਰੋਗਰਾਮ ਵਗੈਰਾ ਲਾ ਕੇ ਆਏ ਹੋ ਨਾ, ਉੱਥੋਂ ਦਾ ਕਿਵੇਂ ਐਕਸਪੀਰੀਅੰਸ ਰਿਹਾ, ਤੇ ਮਤਲਬ ਕਿਹੜੀ ਕੰਟਰੀ 'ਚ ਜ਼ਿਆਦਾ ਤੁਹਾਨੂੰ ਉਹ ਲੱਗਦਾ? ਮੈਂ ਪਰਸੋਂ ਹੀ ਆਇਆ, ਜਿੱਦਣ ਤੁਹਾਨੂੰ ਮੈਂ ਅਨਸਰ ਮੈਸੇਜ ਕੀਤਾ, ਮੈਂ ਚੰਡੀਗੜ੍ਹ ਆ ਗਿਆ ਜੀ ਜੀ, ਤੇ ਲੰਡਨ ਦਾ ਬਹੁਤ ਵਧੀਆ ਐਕਸਪੀਰੀਅੰਸ ਆ ਬਾਈ, ਪੰਜਾਬੀ ਫੈਮਲੀਜ਼ ਆ ਜਿਹਦਾ ਵਿਆਹਾਂ ਸ਼ਾਦੀਆਂ ਦੇ ਫੰਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੰਦੇ, ਪਿਛਲੇ ਸਾਲ ਵੀ ਗਏ ਸੀ, ਇਸ ਸਾਲ ਦੁਬਾਰਾ ਗਏ ਸੀ, ਤੇ ਇਹਦੇ ਬਾਅਦ ਬਾਈ ਕੈਨੇਡਾ ਜਾਣਾ, ਤੇ ਕੈਨੇਡਾ ਤੋਂ ਬਾਅਦ ਫਿਰ ਅੱਗੇ ਜਿਵੇਂ ਕੰਟਰੀਆਂ ਦੇ ਬੰਦ ਹੈ, ਆਸਟ੍ਰੇਲੀਆ ਤਾਂ ਸਾਡਾ ਅਗਲੇ ਸਾਲ ਪਲਾਨ ਹੈ ਕਿਉਂਕਿ ਉਹ ਤੀਆਂ ਦੇ ਪ੍ਰੋਗਰਾਮ ਹੁੰਦੇ ਆ ਜਿੱਦਾਂ, ਤੇ ਬਾਕੀ ਵਾਹਿਗੁਰੂ ਕਿਰਪਾ ਕਰੇ, ਜਿੱਥੇ ਜਿੱਥੇ ਦਾ ਦਾਣਾ ਪਾਣੀ ਉਹ ਜ਼ਰੂਰ ਚੋਗਾਂਗੇ ਬਾਈ। ਬਾਈ ਤੁਹਾਡੀ ਪੱਗ ਦਾ ਸਟਾਈਲ ਬਹੁਤ ਘੈਂਟ ਆ। ਵੈਸੇ ਇਹ ਵੀ ਆ ਵੀ ਇਸੇ ਪੱਗ ਨੇ ਦਿੱਤਾ ਬਹੁਤ ਕੁਛ ਆ। ਹਾਂ ਬਿਲਕੁਲ, ਜੇ ਆਪਾਂ ਗੱਲ ਕਰੀਏ ਹਨਾ ਵੀ ਯੂਥ ਫੈਸਟੀਵਲ ਤੋਂ ਪਹਿਲਾਂ ਦੀ, ਜਦੋਂ ਇਸ ਲਾਈਨ ਦੇ ਵਿੱਚ ਹੈ ਨਹੀਂ ਸੀਗੇ ਉਦੋਂ ਨੀ ਮੈਂ ਪੱਗ ਬੰਨਦਾ ਸੀਗਾ। ਅੱਛਾ ਜੀ, ਜਦੋਂ ਇਸ ਲਾਈਨ ਦੇ ਵਿੱਚ ਆਇਆ ਉਦੋਂ ਪੱਗ ਬੰਨਣ ਲੱਗਿਆ, ਪੱਗ ਕਰਕੇ ਇੱਜ਼ਤ ਵੀ ਹੋਈ ਆ, ਹੁਣ ਤੱਕ ਜੋ ਕੁਛ ਵੀ ਮਿਲਿਆ ਪੱਗ ਕਰਕੇ ਮਿਲਿਆ। ਤੁਸੀਂ ਕਿੰਨਾਂ ਦੀਆਂ ਬੋਲੀਆਂ ਤੋਂ ਪ੍ਰਭਾਵਿਤ ਹੁੰਦੇ ਹੋ ਵੈਸੇ, ਜਾਂ ਕਿੰਨਾਂ ਨੂੰ ਸੁਣਦੇ ਆਏ ਹੋ? ਹੁਣ ਜਿਵੇਂ ਇੱਕ ਪੁਰਾਣੀ ਬੋਲੀ ਆ, ਹਰੇ ਹਰੇ ਘਾਉ ਤੇ ਸੱਪ ਫੂਕਾ ਮਾਰਦਾ ਭੱਜੋ ਵੀਰੋ ਬੇ ਬਾਪੂ ਕੱਲਾ ਮੱਝਾਂ ਚਾਰ। ਹਾਂਜੀ ਹਾਂਜੀ, ਹੁਣ ਇਹ ਬੋਲੀ ਕਿਸੇ ਨੂੰ ਪਤਾ ਤਾਂ ਨੀ, ਬਹੁਤ ਸਾਰੀਆਂ ਇੱਦਾਂ ਦੀ ਫੋਕ ਬੋਲੀਆਂ ਆਪਾਂ ਨੂੰ ਪਤਾ ਨੀ ਕਿੱਥੋਂ ਆਈਆਂ, ਉਹ ਫੋਕ ਬਣ ਜਾਂਦਾ ਜਿਹੜੀ ਚੀਜ਼ ਆਪ ਲਿਖੀ ਆਪਾਂ ਥੋੜਾ ਟਾਈਮ ਤਾਂ ਤੁਹਾਡਾ ਨਾਮ ਵਜੂ 3-4 ਸਾਲ। ਜਿੱਦਾਂ ਇੱਕ ਬੋਲੀ ਮੈਂ ਪਹਿਲਾਂ ਪਾਈ ਸੀ, ਹੋਰਾਂ ਦੇ ਮਾਹੀਏ ਤਾਂ ਕਬੱਡੀ ਵਾਡੀ ਖੇਡਦੇ, ਮੇਰਾ ਤੇ ਮਾਹੀਏ ਗਾਉਂਦਾ ਨੀ, ਟੁੱਟ ਪੈਣਾ ਵਾਲਾ ਨੂੰ ਜੈਲ ਲਾਉਂਦਾ ਨੀ। ਕਾਫੀ ਸਿੰਗਰਾਂ ਨੇ ਉਹਦੇ ਤੇ ਟਰਾਵਲ ਕਰਕੇ ਬਣਾਈਆਂ ਸੀ ਬਾਈ, ਸੁੱਖੀ ਮਿਊਜ਼ੀਕਲ ਡਾਕਟਰ ਤੋਂ ਲੈ ਕੇ ਬਹੁਤ ਸਾਰੇ ਐਸੇ ਆਰਟਿਸਟ ਸੀ ਜੋ ਪੰਜਾਬੀ ਇੰਡਸਟਰੀ ਦੇ ਵਿੱਚ, ਜਿਨ੍ਹਾਂ ਨੇ ਇਸ ਤੇ ਵੀਡੀਓ ਬਣਾਈ ਸੀ, ਤੇ ਉਹ ਬੋਲੀ ਉਹ ਹੈ ਤਾਂ ਫੋਕ ਸੀ ਪਰ ਉਹ ਮੈਂ ਪਾਈ, ਉਹ ਇੰਨੀ ਕੁ ਜ਼ਿਆਦਾ ਵਾਇਰਲ ਹੋਈ ਉਸ ਬੋਲੀ ਤੋਂ ਬਾਅਦ ਹੀ ਮੇਰਾ ਕੰਮ ਰੁੜਿਆ, ਮੈਨੂੰ ਇੰਨਾ ਪਿਆਰ ਮਿਲਿਆ। ਉਹੀ ਸੇਮ ਗੱਲ ਆ ਵੀ ਜਿਵੇਂ ਆਪਾਂ ਆਪਣੇ ਦਾਦੇ ਪੜਦਾਦਿਆਂ ਦੇ ਨਾਮ ਯਾਦ ਰੱਖਦੇ ਹਾਂ, ਪਰ ਉਸ ਤੋਂ ਉੱਪਰ ਕਿਹੜੇ ਨੇ ਆਪਾਂ ਉਹਨਾਂ ਦੇ ਨਾਮ ਭੁੱਲ ਜਾਂਦੇ ਹਾਂ, ਉਦਾਂ ਹੀ ਬੋਲੀ ਜਿਵੇਂ ਜਿਵੇਂ ਪੀੜ੍ਹੀ ਅੱਗੇ ਵੱਧਦੀ ਆ ਉਵੇਂ ਭੁੱਲ ਜਾਂਦੇ ਹਾਂ। ਉਦਾਂ ਹੀ ਬੋਲੀਆਂ ਵੀਰੇ, ਆਹ ਕਾਫੀ ਲੈ ਲਓ, ਆਪਾਂ ਗੱਲਬਾਤ ਕਰਦੇ ਹਾਂ। ਦਮਣ ਮੇਰਾ ਫੋਨ ਦੇ ਦੀ, ਠੰਡੀ ਨਾ ਹੋ ਜਾਏ, ਨਾਲ ਨਾਲ ਕਰਦੇ ਰਹੀਏ ਆਪਾਂ ਪੀਂਦੇ ਰਹੋ ਹੈ ਨਾ। ਜਿੱਦਾਂ ਵੀਰੇ ਮਤਲਬ ਕਈ ਵਾਰੀ ਇਹ ਸੋਚਦਾ ਬੰਦਾ ਵੀ ਇਹ ਜਿੱਦਾਂ ਬੋਲੀਆਂ ਹੋ ਗਈਆਂ, ਮਲਵਈ ਗਿੱਧਾ ਹੋ ਗਿਆ, ਇਹਨੂੰ ਕਈ ਲੋਕ ਸੋਚਦੇ ਆ ਵੀ ਯਾਰ ਮਤਲਬ ਡਾਊਟ ਹੁੰਦਾ ਵੀ ਇਹਨੂੰ ਪ੍ਰੋਫੈਸ਼ਨ ਵੀ ਅਸੀਂ ਬਣਾ ਸਕਦੇ ਹਾਂ ਜਾਂ ਇਨਕਮ ਆਊਗੀ ਜਾਂ ਇਸ ਖਿੱਤੇ ਦੇ ਵਿੱਚ ਅਸੀਂ ਐਂਟਰ ਕਰੀਏ। ਪ੍ਰੋਫੈਸ਼ਨ ਦੇ ਤੌਰ 'ਤੇ ਸਟਾਰਟ ਕੀਤਾ ਸੀ, ਜੇ ਇਨਕਮ ਦੇ ਤੌਰ 'ਤੇ ਸਟਾਰਟ ਕਰਦੇ ਫਿਰ ਇੱਥੇ ਨਾ ਬੈਠੇ ਹੁੰਦੇ ਸ਼ਾਇਦ ਮੇਰੀ ਗੱਲ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਇਨਕਮ ਦੇ ਤੌਰ 'ਤੇ ਸਟਾਰਟ ਤਾਂ ਕਰ ਲਿਆ ਬਾਈ, ਕਿਉਂਕਿ ਕਿਸੇ ਨੇ ਕੁਝ ਸਿੱਖਿਆ ਨਹੀਂ ਹੈ ਨਾ, ਕੋਈ ਡਰੈਸ ਅਪ ਪ੍ਰੋਪਰ ਨਹੀਂ ਤੁਹਾਡਾ,
ਤੁਹਾਡੇ ਮੁੰਡੇ ਜੇ ਮੈਂ ਆਪਾਂ ਕਹਿ ਦਈਏ ਵੀ ਬਹੁਤ ਸਾਰਾ ਚੀਜ਼ਾਂ ਦੇ ਵਿੱਚ ਫਰਕ ਹੁੰਦਾ ਬਾਈ। ਹਾਂਜੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕਿਸੇ ਨੂੰ ਨਿੰਦਦੇ ਨਹੀਂ, ਪਰ ਕਿਉਂਕਿ ਹਰ ਇੱਕ ਆਰਟਿਸਟ ਆਪਦੇ ਵੱਲੋਂ ਤਾਂ ਪੂਰੇ 100% ਗੁੱਡ ਪਰਫਾਰਮੈਂਸ ਦਿੰਦਾ ਤੇ ਬਹੁਤ ਸਾਰੇ ਸੋਹਣਾ ਕੰਮ ਵੀ ਕਰਦੇ ਮੁੰਡੇ, ਬਹੁਤ ਸਾਰੀਆਂ ਐਸੀਆਂ ਟੀਮਾਂ। ਪਰ ਜਿੱਦਾਂ ਕਹਿੰਦੇ ਆਪਾਂ ਬਿਨ ਸਿੱਖੇ ਕੋਈ ਆ ਗਏ ਆਪਾਂ ਇੱਦਾਂ ਹੀ ਚਲੇ ਗਏ, ਫਿਰ ਉਹ ਲੋਕ ਆਪਣੇ ਵਿਆਹਾਂ ਦੇ ਵਿੱਚ ਵੀ ਮਜ਼ਾਕ ਉਡਾਉਂਦੇ ਆ ਤੇ ਲੋਕਾਂ ਨੂੰ ਵੀ ਕਈ ਚੀਜ਼ਾਂ ਦਾ ਅਵੇਅਰ ਨਹੀਂ ਹੁੰਦੇ, ਪਤਾ ਨਹੀਂ ਹੁੰਦਾ। ਆਪਾਂ ਬੁਕਿੰਗ ਕਰ ਲੈਂਦੇ ਆ ਵੀ ਸਸਤਾ ਵੇਖ ਕੇ ਵੀ ਆਹ ਸਸਤਾ ਪੈ ਗਿਆ ਆਪਾਂ ਨੂੰ, ਪਰ ਉਹ ਜਦੋਂ ਬਾਅਦ ਚੋਂ ਵਿਆਹ ਵਾਲੀ ਮੂਵੀ ਵੇਖਦੇ ਆ ਉਦੋਂ ਬਾਅਦ ਕਹਿੰਦੇ ਵੀ ਅਸੀਂ ਆਹ ਕੀ ਕਰਾ ਲਿਆ। ਪਹਿਲੀ ਵਾਰੀ ਮੈਨੂੰ ਇਹ ਦੱਸੋ ਵੀ ਪਹਿਲੀ ਵਾਰੀ ਜਦੋਂ ਬਾਹਰ ਦਾ ਪ੍ਰੋਗਰਾਮ ਲੱਗਿਆ ਸੀ ਉਹ ਐਕਸਪੀਰੀਅੰਸ ਕਿੱਦਾਂ ਸੀ? ਮੈਨੂੰ ਇਹ ਲੱਗਿਆ ਵੀ ਹਜੇ ਤੱਕ ਵੀ ਸਾਡੇ ਏਰੀਏ ਦੇ ਵਿੱਚੋਂ ਵੀ ਮੈਂ ਆਪਦੇ ਮਾਲਵੇ ਖੇਤਰ ਦੇ ਵਿੱਚੋਂ, ਕਿਉਂਕਿ ਗਏ ਤਾਂ ਹੋਰ ਵੀ ਬੰਦੇ ਆ ਵੀ ਇਹ ਨਹੀਂ ਕਹਿੰਦਾ ਮੈਂ, ਮੈਨੂੰ ਇਹ ਲੱਗਿਆ ਵੀ ਮੇਰੇ ਨੌਜਵਾਨ ਯੰਗਸਟਰ ਪੀੜ੍ਹੀ ਦੇ ਵਿੱਚੋਂ ਮੈਂ ਗਿਆ ਵੀ ਉੱਥੇ ਵਿਆਹਾਂ ਦੇ ਜਾ ਕੇ ਪ੍ਰੋਗਰਾਮ ਲਾਇਆ ਮੇਰੇ ਨਾਲ, ਮੇਰੇ ਜਿਹੜੇ ਜਿੰਨੇ ਵੀ ਵੀਰ ਭੈਣ ਭਰਾ ਜੁੜੇ ਹਨ ਬਹੁਤ ਸਾਰਾ ਪਿਆਰ ਦਿੱਤਾ ਉੱਥੇ ਉਹਨਾਂ ਨੇ, ਤੇ ਇਹ ਕਿਤੇ ਨਾ ਕਿਤੇ ਇੱਕ ਵੱਖਰਾ ਐਕਸਪੀਰੀਅੰਸ ਸੀ, ਵੱਖਰੀ ਫੀਲਿੰਗ ਸੀ ਜੋ ਜਹਾਜ਼ 'ਚ ਪਹਿਲੀ ਵਾਰ ਚੜ੍ਹਦੇ ਸੀ। ਤੁਹਾਨੂੰ ਹੁੰਦਾ ਹੀ ਇਹ ਚੀਜ਼ਾਂ, ਪਰ ਹੁਣ ਜਿੱਦਾਂ ਲੱਗਦਾ ਵੀ ਨੋਰਮਲ ਲੱਗਦੀਆਂ ਚੀਜ਼ਾਂ ਵੀ ਵੀ ਤਾਂ ਕੁਛ ਵੀ ਨਹੀਂ ਹੈਗੀਆਂ ਚੀਜ਼ਾਂ, ਦੁਨੀਆਂ ਤਾਂ ਇਹਨਾਂ ਤੋਂ ਵੀ ਉੱਤੇ ਬਹੁਤ ਹੈ। ਪੰਜਾਬੀ ਸਿੰਗਰਾਂ ਦੇ ਆਰਟਿਸਟਾਂ ਦੇ ਕਾਫੀ ਤੁਸੀਂ ਵਿਆਹਾਂ 'ਚ ਲਾਇਆ ਪ੍ਰੋਗਰਾਮ, ਹੈ ਨਾ, ਸਭ ਤੋਂ ਵਧੀਆ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸੀ? ਮਤਲਬ ਕਿੰਨਾ ਦੇ ਵਿਆਹ ਦੇ ਰਿਹਾ ਸੀਗਾ ਪੰਜਾਬੀ ਸਿੰਗਰਾਂ? ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਬਈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਸਿੰਗਰਾਂ ਤੋਂ ਲੈ ਪੋਲੀਟੀਸ਼ੀਅਨ ਦੇ ਵਿੱਚ ਗੱਲ ਕਰੀਏ, ਐਮਪੀ ਮੀਤ ਹੇਅਰ 4 ਨਵੰਬਰ ਦਾ ਜਦੋਂ ਵਿਆਹ ਸੀ ਅਸੀਂ ਗਏ ਬਈ, ਅਸੀਂ ਤੁਸੀਂ ਕਿਉਂਕਿ ਪਹਿਲਾਂ ਮਤਲਬ ਕਿੱਦਾਂ ਮੇਰੇ ਐਕਸਪੀਰੀਅੰਸ ਸੀ ਬਈ, ਤੁਸੀਂ ਆਪਣਾ ਸੀਐਮ ਹਾਊਸ ਦੇ ਵਿੱਚ ਪ੍ਰੋਗਰਾਮ ਲਾ ਰਹੇ ਹੋ, ਅੱਗੇ ਪੁਲਿਸ ਤੁਹਾਡੇ ਪਿੱਛੇ ਫੌਜ ਆ ਤੇ ਨਾਨਕਾ ਮਿਲ ਕੱਢ ਰਹੇ ਹੋ ਐਂਟਰ ਕਰ ਰਹੇ ਹੋ, ਤੇ ਜਦੋਂ ਗਏ ਬਈ ਮੀਤ ਹੇਅਰ ਬਾਈ ਨੇ ਹਨਾ ਹੈਲੋ ਕੀਤੀ ਬੁਲਾਇਆ ਤੇ ਬਹੁਤ ਵਧੀਆ ਪਿਆਰ ਦਿੱਤਾ ਵੀ ਬਾਈ, ਬਹੁਤ ਸਾਰੀਆਂ ਤੁਹਾਡੇ ਵੀਡੀਓਸ ਹੁੰਦੇ। ਫਿਰ ਉੱਥੇ ਬਾਈ ਅੰਮ੍ਰਿਤ ਮਾਨ ਮਿਲਿਆ, ਅੰਮ੍ਰਿਤ ਮਾਨ ਨੇ ਬਾਈ ਨੇ ਬਹੁਤ ਸਾਰਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹਨਾਂ ਨਾਲ ਵੀ ਖੜ ਕੇ ਬੋਲੀਆਂ ਪਾਈਆਂ। ਫਿਰ ਬਾਈ ਪ੍ਰੇਮ ਢਿੱਲੋਂ ਦਾ ਵਿਆਹ, ਉਹ ਉਹਨਾਂ ਦੇ ਵੱਡੇ ਬ੍ਰਦਰ ਪਰਮ ਬਾਈ ਹਨਾ, ਤੇ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਪਿਆਰ, ਉਹਨਾਂ ਨੇ ਵੀ ਆਪਦੇ ਸਾਨੂੰ ਵਧੀਆ ਪਰਸਨਲ ਰੂਮ ਦਿੱਤੇ, ਬਾਈ ਤੁਸੀਂ ਇੱਥੇ ਤਿਆਰ ਹੋ। ਫਿਰ ਕਾਫੀ ਜਿੱਦਾਂ ਨਿਰਵੈਰ ਪੰਨੂ ਬਾਈ ਦੇ ਹਨਾ ਫਰੈਂਡਸ ਦੇ ਸਰਕਲ ਦੇ ਵਿੱਚ ਬਹੁਤ ਸਾਰੇ ਵਿਆਹ, ਇੱਦਾਂ ਮੈਂ 2-3 ਵਿਆਹ ਭੁਗਤਾਇਆ, ਉਹਨਾਂ ਨੇ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ। ਮਤਲਬ ਮੈਂ ਗੰਗਾਨਗਰ ਤੋਂ ਹੈਗਾ, ਮੇਰਾ ਏਰੀਆ ਹੈਗਾ, ਤੇ ਗੰਗਾਨਗਰ ਦੇ ਬਾਰੇ ਕਿੱਦਾਂ ਮਤਲਬ ਕਿੱਦਾਂ ਦੇ ਲੋਕ ਉੱਥੇ ਮਿਲੇ ਤੁਹਾਨੂੰ, ਤੁਸੀਂ ਉੱਧਰ ਗਏ? ਸੱਚ ਦੱਸਾਂ ਪੰਜਾਬ ਨਾਲੋਂ ਮੈਨੂੰ ਜ਼ਿਆਦਾ ਬਈ ਰਾਜਸਥਾਨ ਦਾ ਕਲਚਰ ਬਹੁਤ ਜ਼ਿਆਦਾ ਚੰਗਾ ਲੱਗਿਆ। ਗੰਗਾਨਗਰ ਦੇ ਲੋਕਾਂ ਨੇ ਉਹ ਕਲਚਰ ਸਾਂਭ ਰੱਖਿਆ ਜਿਹੜੇ ਸਾਡੇ ਨਾ ਦਿਮਾਗ ਤੋਂ ਵੀ ਪਰੇ ਅਸੀਂ ਸੋਚ ਵੀ ਨਹੀਂ ਸਕਦੇ, ਕਿਉਂਕਿ ਕੁਝ ਕੁ ਏਦਾਂ ਦੀਆਂ ਰਸਮਾਂ ਬਈ ਅਸੀਂ ਹਜੇ ਵੀ ਤੁਹਾਡੇ ਗੰਗਾਨਗਰ ਦੇ ਵਿੱਚ ਅਸੀਂ ਜਦੋਂ ਜਾਗੋ ਕੱਢਦੇ ਹਾਂ ਨਾ, ਹੁਣ ਤਾਂ ਚਲੋ ਲੋਕਾਂ ਨੇ ਕੁਝ ਕੁ ਪੰਜਾਬ ਦੀਆਂ ਕੁਝ ਕੁ ਫੈਮਲੀਆਂ ਨੂੰ ਛੱਡ ਕੇ, ਹਾਂਜੀ, ਤੁਹਾਡੇ ਗੰਗਾਨਗਰ ਦੇ ਵਿੱਚ ਜਦੋਂ ਜਾਗੋ ਕੱਢਦੇ ਉਹ ਟ੍ਰੈਡੀਸ਼ਨਲ ਜਾਗੋ ਕੱਢਦੇ ਆ, ਜਿੱਦਾਂ ਆਪਣੇ ਇਹ ਨਹੀਂ ਤੁਸੀਂ ਇਲੈਕਟ੍ਰਿਕ ਜਾਗੋ ਲੈ ਆਏ ਸੈੱਲਾਂ ਵਾਲੀ, ਉਹ ਵੀ ਆਟੇ ਵਾਲੀਆਂ ਬੱਤੀਆਂ ਬਾਲ ਕੇ ਬਣੀ ਵੀ ਹਨਾ, ਤੇ ਬਾਜਰੇ ਦੀ ਰਸਮ ਹੁੰਦੀ ਹੈ ਤੁਹਾਡੇ ਰਾਜਸਥਾਨ ਦੇ ਵਿੱਚ ਹਨਾ, ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹਨਾ ਬਈ। ਹੋਰ ਕਾਫੀ ਕਣਕ ਕਢਾਈ ਦੀ ਰਸਮ ਹਨਾ ਹੁੰਦੀ ਹੈ, ਤੇ ਕਾਫੀਆਂ ਐਸੀਆਂ ਚੀਜ਼ਾਂ ਬਈ ਜੋ ਰਾਜਸਥਾਨ ਦਾ ਕਲਚਰ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਕਰਦਾ ਪੰਜਾਬ ਨਾਲੋਂ ਕਿਤੇ ਨਾ, ਕਿਉਂਕਿ ਸਾਡੇ ਵਾਲੇ ਵੈਸਟਰਨ ਦੇ ਵਿੱਚ ਜ਼ਿਆਦਾ ਵੜ ਗਏ। ਸਾਨੂੰ ਇਹ ਵੀ ਗੰਗਾਨਗਰ ਰਾਜਸਥਾਨ ਬੇਸ਼ੱਕ ਬਈ ਉਹ ਪੇਂਡੂ ਦਿਹਾਤੀ ਇਲਾਕਾ ਚਾਹੇ ਰੇਤਲਾ ਟਿੱਬਿਆਂ ਵਾਲਾ ਵਾਣ ਕਹਿ ਲਓ, ਪਰ ਉਹਨਾਂ ਨੇ ਆਪਦੇ ਕਲਚਰ ਨਾਲ ਜੁੜੇ ਹੋਏ ਬੰਦੇ ਆ ਬਈ, ਕਲਚਰ ਦੇ ਨਾਲ ਨਾਲ ਇਹਨਾਂ ਦਾ ਖਾਣਾ ਪੀਣਾ ਵੀ, ਖਾਣਾ ਪੀਣਾ ਬਈ ਅਸੀਂ ਜਦੋਂ ਉੱਥੇ ਪੈਲਸ ਦੇ ਵਿੱਚ ਦੇਖਦੇ ਜਮਾ ਪਿਓਰ, ਸਾਨੂੰ ਅਸੀਂ ਤੁਹਾਡੇ ਸਾਰੇ ਵਿਆਹ ਦੇ ਵਿੱਚ ਪਤਾ ਸੀ ਇਕੱਲੀ ਦਾਲ ਚੱਕਦੇ ਹੁੰਦੇ ਆ, ਉਹ ਕਿਹੜੀ ਦਾਲ ਹੁੰਦੀ ਪਤਾ ਨਹੀਂ, ਮੂੰਗੀ ਦੀ ਯਾਰ ਪਤਾ ਨਹੀਂ ਕਿਹੜੀ ਯਾਰ, ਤੁਹਾਡੇ ਬਹੁਤ ਫੇਮਸ ਆ ਰਾਜਸਥਾਨ ਦੇ, ਇੱਧਰ ਪਿਆਜ਼ ਬਣਦਾ, ਤੇ ਬਹੁਤ ਘੈਂਟ ਘੈਂਟ ਬਈ ਤੁਹਾਡੀਆਂ ਤਾਂ ਡਿਸ਼ਾਂ ਬਹੁਤ ਘੈਂਟ ਆ ਰਾਜਸਥਾਨ ਦੇ ਬੰਦਿਆਂ ਦੇ, ਵਧੀਆ ਕੰਮ ਬਈ ਉੱਧਰ। ਮਤਲਬ ਉੱਧਰ ਦਾ ਇੱਦਾਂ ਵੀ ਇੱਥੋਂ ਦਾ ਕੋਈ ਲੋਕ ਜਾਂਦੇ ਆ ਨਾ ਉੱਧਰ ਤੇ ਉਹਨੂੰ ਉਹਨਾਂ ਨੂੰ ਪਿਆਰ ਜ਼ਿਆਦਾ ਕਰਦੇ ਆ। ਹਾਂਜੀ 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 ਹਾਂਜੀ, ਰਾਜਸਥਾਨ ਖੁੱਲੀਆਂ ਜ਼ਮੀਨਾਂ ਵਾਲੇ ਆ ਨਾ, ਦਿਲ ਵੀ ਖੁੱਲੇ ਆ, ਦਿਲ ਵੀ ਖੁੱਲੇ ਆ। ਹੁਣ ਯੂਨੀਵਰਸਿਟੀ ਦੀ ਇੱਕ ਬੋਲੀ ਆ ਬੜੀ ਸੋਹਣੀ ਆ, ਉਹ ਤੁਹਾਨੂੰ ਮੈਂ ਦੱਸਦਾ ਕਿੱਦਾਂ। ਨਾਮ ਲਈਏ ਰੱਬ ਦਾ ਦਿਨ ਪਾ ਕੇ ਲੱਭ ਦਾ ਬਿਰਥਾ ਮੂਲ ਨਾ ਜਾਵੇ, ਵਿਆਹਤੀ ਅਮਲੀ ਨੂੰ ਮੈਨੂੰ ਚੱਕੀ ਨਾਲ ਨਿਤ ਉਹ ਮੈਨੂੰ ਚੱਕੀ ਨਾਲ ਨਿਤ ਲਮਕਾਵੇ, ਆਟਾ ਇੱਕ ਡੰਗ ਦਾ ਨਿਤ ਦੈਸਰ ਚੁੱਲੇ ਉਹ ਦੈਸਰ ਚੁੱਲੇ ਪਕਾਵੇ, ਖਾ ਗਈਆਂ ਦੋ ਢਿੱਡੀਆਂ ਫਿਰ ਬਹਿ ਕੇ ਉੱਠਿਆ ਨਾ ਜਾਵੇ, ਬਹਿ ਕੇ ਉੱਠਿਆ ਨਾ ਜਾਵੇ, ਅਮਲੀ ਟੋਲੇ
ਨੂੰ ਕਿਹੜਾ ਆਣ ਰਜਾਵੇ ਅਮਲੀ ਟੋਲੇ ਨੂੰ ਕਿਹੜਾ ਆਣ ਰਜਾਵੇ ਅਮਲੀ ਟੋਲੇ ਨੂੰ ਕੀ ਬਾਤ ਹੈ ਤਾੜੀਆਂ ਮਾਰ ਦਿਓ ਇੱਕ ਵਾਰੀ ਯਾਰ ਪੰਜਾਬੀ ਸਿੰਗਰ ਕਾਫੀ ਨੇ ਜਿਹੜੇ ਪਹਿਲਾਂ ਅੱਜ ਜਿਹੜੇ ਬਹੁਤ ਵਧੀਆ ਮੁਕਾਮ ਤੇ ਨੇ ਤੇ ਜਿਹੜੇ ਪਹਿਲਾਂ ਆਪਦੇ ਯੂਥ ਫੈਸਟੀਵਲ ਚ ਬੋਲੀਆਂ ਪਾਉਂਦੇ ਹੁੰਦੇ ਸੀ ਹਨਾ ਨਿੰਜਾ ਬਾਈ ਹੋ ਗਏ ਹਨਾ ਸਿੱਧੂ ਬਾਈ ਹੋ ਗਏ ਉਹਨਾਂ ਨੇ ਖੁਦ ਕਾਫੀ ਵਾਰੀ ਇੰਟਰਵਿਊਜ ਦੇ ਵਿੱਚ ਦੱਸਿਆ ਹਨਾ ਬਾਈ ਰਾਜਵੀਰ ਜਵੰਦਾ ਬਾਈ ਤੇ ਸਿਮਰਤ ਰਾਹਾ ਤੇ ਚਾਰ ਤੇ ਹੋਰ ਕਾਫੀ ਬਹੁਤ ਸਾਰੇ ਏਦਾਂ ਦੇ ਸਿੰਗਰ ਬਾਈ ਜੋ ਬੋਲੀਆਂ ਦੇ ਵਿੱਚ ਕੁਲਵਿੰਦਰ ਬਿੱਲਾ ਬਾਈ ਇਹਨਾਂ ਦੀ ਜਿਹੜੀ ਗਾਇਕੀ ਉਹੀ ਮੈਂ ਕਹਿ ਰਿਹਾ ਵੀ ਜਿਹੜੇ ਉਸ ਟਾਈਮ ਕਰਦੇ ਹੁੰਦੇ ਸੀ ਉਹਨਾਂ ਦੀ ਜਿਹੜੀ ਗਾਇਕੀ ਆ ਉਹਨਾਂ ਦੇ ਵਿੱਚ ਬਹੁਤ ਫਰਕ ਆ ਜਿਹੜੇ ਬਾਕੀ ਮੁੰਡੇ ਆ ਉਹਨਾਂ ਤੋਂ ਤੇ ਮਤਲਬ ਕਿੱਦਾਂ ਦੇਖਦੇ ਹੋ ਇਹਨਾਂ ਦੀ ਸਿੰਗਿੰਗ ਨੂੰ ਜਾਂ ਮਤਲਬ ਤੁਹਾਨੂੰ ਜਿਹੜਾ ਜ਼ਿਆਦਾ ਪਸੰਦ ਆ ਫਿਰ ਉਹੀ ਗੱਲ ਆ ਬਈ ਆਟੋ ਟਿਊਨ ਵਾਲੇ ਤੇ ਨਾ ਸਿੱਖੇ ਹੋਏ ਤਾਂ ਫਰਕ ਹੀ ਹਾਂ ਕਿਉਂਕਿ ਉਹ ਬਈ ਫੋਕ ਆਟੋ ਟਿਊਨ ਵਾਲਾ ਕਦੇ ਲਾਈਵ ਨਹੀਂ ਗਾ ਸਕਦਾ ਤੁਹਾਨੂੰ ਪਤਾ ਹੁਣ ਜਿੰਨਾ ਸਿਰਫ ਸਿੰਗਰਾਂ ਦੇ ਨਾਮ ਲਏ ਆਪਾਂ ਉਹ ਸਾਰੇ ਹਨਾ ਵੀ ਮੋਸਟਲੀ ਜ਼ਿਆਦਾਤਰ ਫੋਕ ਸਿੰਗਿੰਗ ਨੂੰ ਜ਼ਿਆਦਾ ਸਾਰੇ ਲੋਕ ਉਹਨਾਂ ਨੂੰ ਲਾਈਵ ਦੇ ਵਿੱਚ ਹੀ ਸੁਣਨਾ ਪਸੰਦ ਕਰਦੇ ਹਾਂ ਪਸੰਦ ਕਰਦੇ ਬਿਲਕੁਲ ਤੇ ਸਾਰਿਆਂ ਨਾਲੋਂ ਵੱਧ ਕੰਮ ਵੀ ਇਹਨਾਂ ਕੋਲ ਹੀ ਹੈ ਜਵੰਦੇ ਬਾਈ ਦਾ ਕੰਮ ਸੋਹਣਾ ਕਿੰਨਾ ਰਣਜੀਤ ਬਾਬੇ ਬਾਈ ਨਾਲ ਮੇਰੇ ਬਹੁਤ ਜ਼ਿਆਦਾ ਪਰਸਨਲੀ ਪਿਆਰ ਹੈ ਹਨਾ ਜਿੱਦਾਂ ਗੁਲਾਬ ਬਾਈ ਨਾਲ ਵੀ ਬਹੁਤ ਜ਼ਿਆਦਾ ਪਿਆਰ ਹੈ ਹਨਾ ਇਹਨਾਂ ਨਾਲ ਗੁਲਾਬ ਬਾਈ ਨਾਲ ਤਾਂ ਵੀ ਮਤਲਬ ਲੈ ਲਓ ਵੀ ਕੁਛ ਕਹਿ ਹੀ ਨਹੀਂ ਸਕਦੇ ਉਹਨਾਂ ਨਾਲ ਤਾਂ ਬਹੁਤ ਜ਼ਿਆਦਾ ਮਨਾਮੂਹੀ ਪਿਆਰ ਆ ਰਣਜੀਤ ਬਾਬੇ ਬਾਈ ਨਾਲ ਵੀ ਹਨਾ ਤੇ ਮੈਨੂੰ ਇੱਕ ਗਾਣਾ ਬਾਈ ਪਰਸਨਲੀ ਮੈਂ ਉਹ ਇਕੱਲਾ ਗੁਣਗੁਣਾਉਂਦਾ ਰਹਿੰਦਾ ਵੈਸੇ ਅੱਜ ਤੁਹਾਡੇ ਪੋਡਕਾਸਟ 'ਚ ਗਾ ਰਹਿੰਦਾ ਉਹ ਜੰਗ ਢਿੱਲੋ ਦਾ ਗੀਤ ਹੈ ਅੱਛਾ ਜੀ ਤੇ ਉਹ ਗਾਉਣਾ ਬਾਈ ਗੁਲਾਬ ਨੇ ਆ ਹਾਂਜੀ ਤੇ ਮੈਂ ਪਹਿਲੀ ਮਾਫੀ ਮੰਗ ਲੈਂਦਾ ਗੁਲਾਬ ਬਾਈ ਮੈਂ ਸੌਰੀ ਹਣਾ ਮੈਂ ਗੀਤ ਗਾਉਣ ਲੱਗਿਆ ਤੇਰਾ ਤੇ ਉਹ ਆਉਣਾ ਬਾਈ ਸੁਣਿਓ ਮੁੰਡੇ ਦੀ ਤੁਸੀਂ ਕਲਮ ਸੋਚੋ ਕਿੰਨੀ ਸੋਹਣੀ ਹੈ ਹੁਣ ਗਾਣਾ ਆਇਆ ਬੀਰਬਲ ਹੈ ਨਾ ਸ਼ਾਇਦ ਗਾਣੇ ਦਾ ਨਾਮ ਆਇਆ ਜੀ 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 ਉਹ ਜਿਹਨੇ ਮੁੰਡੇ ਕਿਹਾ ਟੋਰਾਂਟੋ ਦੀਆਂ ਸੜਕਾਂ ਤੇ ਰੋਇਆ ਗੱਭਰੂ ਹਾਂਜੀ ਉਸ ਮੁੰਡੇ ਨੇ ਟਾਈਗਰਾ ਵੀ ਦਾ ਨਾਮ ਹਨਾ ਉਹਨੇ ਆਹ ਗਾਣਾ ਗਾਇਆ ਹੋਣਾ ਵੀ ਧੌਣ ਤੇਰੀ ਤੇ ਲਮਕਦੇ ਜਿਵੇਂ ਖਾਲਸਾ ਰਾਜ ਦੇ ਸਿੱਕੇ ਏਦਾਂ ਦਾ ਗੀਤ ਆ ਉਹ ਕੱਲਾ ਕੱਲਾ ਸ਼ਬਦ ਸੁਣਨ ਵਾਲਾ ਬਾਈ ਕਿੰਨਾ ਸੋਹਣਾ ਉਹਨੇ ਮੜਿਆ ਇੱਕ ਗੀਤ ਆ ਉਹ ਗੁਲਾਬ ਨੇ ਗਾਉਣਾ ਤੇ ਮੈਂ ਮੈਨੂੰ ਬੜਾ ਸੋਹਣਾ ਲੱਗਦਾ ਮੈਨੂੰ ਕਹਿੰਦਾ ਯਾਰ ਹਜੇ ਜਾਨ ਲੀਕ ਨਾ ਕਰੀ ਪਰ ਮੈਂ ਅੱਜ ਗਾਉਣ ਲੱਗਿਆ ਸੁਣਿਆ ਕਹਿੰਦਾ ਜੰਗ ਢਿੱਲੋ ਦੀ ਕਲਮ ਚ ਕਹਿੰਦਾ ਹਾਂਜੀ ਸਰਾਹੀ ਜਿੱਡੀ ਤੌਣ ਤੇਰੀ ਅੱਖ ਜਾਨੀ ਚੋਰ ਜਈ ਨੀ ਮੈਂ ਚੰਦਨ ਦਾ ਟੰਬਾ ਤੇ ਤੂੰ ਟਾਣੀ ਗੁਲ ਮੋਰ ਜਈ ਮੇਰੀ ਡਾਂਗ ਜਿੰਨੀ ਮਾਰ ਤੇਰੇ ਲੱਕ ਕੂਣੀ ਮੌੜ ਜਈ ਨੀ ਤੇਰੀ ਮੇਰੀ ਜੋੜੀ ਜੋ ਅਟਾਰੀ ਤੇ ਲਾਹੌਰ ਦੀ ਤੂੰ ਵਾਰੇ ਸ਼ਾਦੀ ਹੀਰ ਮੈਂ ਸਮਾਧ ਜਾਉਣੇ ਮੌੜ ਦੀ ਨੀ ਤੇਰੀ ਮੇਰੀ ਜੋੜੀ ਜਿਵੇਂ ਅਟਾਰੀ ਤੇ ਲਾਹੌਰ ਦੀ ਇੰਨਾ ਪਿਆਰ ਤੇਰਾ ਮੇਰਾ ਨੀ ਜਿਵੇਂ ਅੱਜ ਦੀ ਤਰੀਕ ਚ ਨੀ ਜਿੰਨਾ ਰਾਣੀ ਜਿੰਦਾ ਦਾਸੀ ਬਿੱਲੋ ਰਾਜੇ ਰਣਜੀਤ ਚ ਉਵੇਂ ਤੇਰੀ ਮੇਰੀ ਸਾਂਝ ਅੱਜ ਮੈਂ ਚੰਨ ਤੇ ਚਕੋਰ ਦੀ ਨੀ ਤੇਰੀ ਮੇਰੀ ਜੋੜੀ ਜੋ ਅਟਾਰੀ ਤੇ ਲਾਹੌਰ ਦੀ ਤੂੰ ਵਾਰੇ ਸ਼ਾਦੀ ਹੀਰ ਮੈਂ ਸਮਾਧ ਜਮਣੇ ਮੌੜ ਦੀ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਇਹ ਤੁਸੀਂ ਜੰਗ ਦੀ ਕਲਮ ਨੂੰ ਤੁਸੀਂ ਨਾ ਮੈਨੂੰ ਇੰਨਾ ਕੁ ਪਰਸਨਲੀ ਫੇਵਰੇਟ ਹੈ ਐਡਾ ਕੁ ਘੈਂਟ ਲਿਖਾਰੀ ਲੱਗਦਾ ਨਾ ਵੀ ਉਹ ਬਹੁਤ ਸਾਰੇ ਕਿਉਂਕਿ ਪੰਜਾਬੀ ਲਿਟਰੇਚਰ ਉਹਨੇ ਬਹੁਤ ਜ਼ਿਆਦਾ ਪੜ੍ਹਿਆ ਇਦਾਂ ਦਾ ਬੰਦਾ ਉਹੀ ਲਿਖ ਸਕਦਾ ਜੰਗ ਢਿੱਲੋ ਵੀਰੇ ਦੇ ਨਾ ਮੈਂ ਗਾਣੇ ਕਾਫੀ ਸੁਣਦਾ ਹੁੰਦਾ ਇੱਕ ਨਾ ਇੱਕ ਵਾਰੀ ਜਿਹੜਾ ਬੰਦਾ ਸੁਣਨ ਲੱਗ ਜਾਏ ਨਾ ਬਾਈ ਦੀ ਕਲਮ ਨੂੰ ਉਹਦੇ ਉਹਨੂੰ ਆਦਤ ਨਸ਼ਾ ਹੋ ਜਾਂਦਾ ਇੱਕ ਸਿੱਧੂ ਬਾਈ ਨੇ ਗਾਣਾ ਗਾਉਣਾ ਸੀ ਜੰਗ ਢਿੱਲੋ ਦਾ ਯਾਦ ਹੈ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਨੇ ਸੁਣਾਇਆ ਸੀ ਬੇਬੇ ਤੱਤੀ ਬਾਪੂ ਕੱਬਾ ਤੇਰੇ ਜੀਠ ਦੇ ਔਰ ਫੁੱਲ ਕੈੜੇ ਨੇ ਨੂੰ ਬਣ ਗਈ ਜਿਹੜੀ ਲਾਣੀ ਦੇ ਜੱਟ ਬੂਟ ਬੜੇ ਜੱਟ ਭੈੜੇ ਨੇ ਜਿਹੜੇ ਬਿਨਾਂ ਗੱਲ ਤੋਂ ਉੱਠ ਪੈਂਦੇ ਤੈਨੂੰ ਮਸਲੇ ਸਾਹਮਣੇ ਪੈਣੇ ਆ ਕੱਲਾ ਜੱਟ ਨਹੀਂ ਸਾਹਮਣਾ ਤੈਂ ਮਿੱਠੀਏ ਨਾਲ ਅਸਲੇ ਸਾਹਮਣੇ ਪੈਣੇ ਬਿਲਕੁਲ ਇਹ ਗਾਣਾ ਬੜਾ ਸੋਹਣਾ ਸੀ ਇਹ ਵੀ ਬਾਈ ਨੇ ਰੀਝ ਹੀ ਸੀ ਕਹਿੰਦਾ ਤੇ ਚਲੋ ਪਰਮਾਤਮਾ ਨੂੰ ਜੋ ਭਾਣਾ ਹਨਾ ਵਾਪਰਨਾ ਸੀ ਸਿੱਧੂ ਬਾਈ ਦੀ ਗੱਲ ਕਰਦੇ ਹਾਂ ਸਿੱਧੂ ਬਾਈ ਬੋਲੀਆਂ ਪਾਉਂਦੇ ਹੁੰਦੇ ਸੀ ਯੂਥ ਫੈਸਟੀਵਲ 'ਚ ਤੇ ਉਹਨਾਂ ਦੀ ਯੂਟਿਊਬ 'ਤੇ ਕਾਫੀ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਹੁਣ ਮਤਲਬ ਲੋਕ ਦੇਖਦੇ ਹੀ ਰਹਿੰਦੇ ਨੇ ਚਲਾ ਕੇ ਤੇ ਉਹਨਾਂ ਦੀ ਜਿਹੜੀ ਵੋਕਲ ਸੀ ਸ਼ੁਰੂ ਤੋਂ ਹੀ ਇੰਨੀ ਇੰਨਾ ਨਿਖਾਰ ਸੀਗਾ ਉਹਨਾਂ ਦੀ ਵੋਕਲ ਦੀ ਇੱਕ ਟੈਕਸਚਰ ਸੀਗਾ ਉਹ ਮੈਨੂੰ ਲੱਗਦਾ ਵੀ ਉਹ ਵੋਕਲ ਬਾਈ ਦੀ ਕਦੇ ਦੁਬਾਰਾ ਕਿਸੇ ਨਾਲ ਮੈਚ ਨਹੀਂ ਹੁੰਦੀ ਤੇ ਨਾ ਹੀ ਛੱਲਾ ਗਾਣਾ ਸੁਣ ਕੇ ਦੇਖਿਓ
ਸ਼ਾਇਦ ਜੇ ਤੁਸੀਂ ਯੂਟਿਊਬ ਦੇ ਉੱਤੇ ਉਹਦੀ ਤੇ ਵਾਈਬ ਵੱਖਰੀ ਆਉਂਦੀ ਹੈ, ਉਹ ਸ਼ਾਇਦ ਟੋਰਾਂਟੋ ਮੇਰੇ ਖਿਆਲ ਚ ਕੈਨੇਡਾ ਦੇ ਵਿੱਚ ਹੈ, ਉਹ ਕਿਸੇ ਪਾਰਕਿੰਗ ਲਾਟ ਦੇ ਵਿੱਚ ਖੜ ਕੇ ਗਾ ਰਿਹਾ ਬਾਈ। ਹਾਂਜੀ ਹਾਂਜੀ, ਉਹ ਤੁਸੀਂ ਵਿਦਾਊਟ ਕਿਸੇ 뮤직 ਤੋਂ ਕੱਲਾ ਤੁਸੀਂ ਸੁਣ ਕੇ ਦੇਖਿਓ ਵੀ ਬਾਈ ਦੀ ਵਾਈਬ ਪਤਾ ਲੱਗੂ ਵੀ ਕਿੱਦਾਂ। ਉਹ ਕਾਲਜ ਦੇ ਵਿੱਚ ਹੀ ਵੀਡੀਓ ਹੈਗੀ, ਇੱਕ ਕਾਲਜ ਵਾਲੀ ਅਲੱਗ ਹੈ ਬਾਈ। ਤੁਸੀਂ ਇੱਕ ਕੈਨੇਡਾ ਦੀ ਸੜਕ ਦੇ ਉੱਤੇ ਗਾਇਆ ਹੋਇਆ ਤੁਸੀਂ ਯੂਟਿਊਬ ਦੇ ਉੱਤੇ ਦੇਖਿਓ। ਹਾਂਜੀ ਹਾਂਜੀ, ਉਹ ਬੜਾ ਸੋਹਣਾ ਗੀਤ ਆ ਬਾਈ। ਉਹ ਸ਼ਾਇਦ ਆਪਣੇ ਸਨੀ ਮਾਰਟਨ ਬਾਈ ਹੁਰੀ ਨਾਲ ਖੜੇ ਆ, ਕਾਫੀ ਸਾਰੇ ਲੋਕ ਝੁੰਡ ਬਣਾ ਕੇ ਖੜੇ ਆ। ਉੱਥੇ ਉਹਨੇ ਇੱਕ ਗੀਤ ਗਾਇਆ ਸੀ, ਉਹ ਮਹਿੰਗੇ ਨੇ ਮੋਤੀ ਜੋ ਹਾਸਲ ਨਹੀਂ ਹੋਣੇ, ਵਸ ਦੀ ਗੱਲ ਨਹੀਂ ਗਰੀਬਾਂ ਦੇ, ਹਨਾ। ਉਹ ਏਦਾਂ ਏਦਾਂ ਦੇ ਗੀਤ ਸੀ ਬੜੇ ਯਾਰ ਸੋਹਣੇ, ਮੈਨੂੰ ਤਾਂ ਬਹੁਤ ਘੈਂਟ ਲੱਗਦੇ, ਕਿਉਂਕਿ ਜਿਹੜੇ ਉਹਦੇ ਸੈਡ ਟੱਚ ਸੀ ਨਾ ਉਹ ਬਹੁਤ ਸੋਹਣਾ ਸੀ ਬਾਈ, ਕਿਉਂਕਿ ਹਰ ਵਰਗ ਦੇ ਗੀਤ ਸੀ, ਦਿਲ ਤੱਕ ਪਹੁੰਚਾ ਦਿੰਦਾ ਸੀ ਬਾਈ ਗੱਲ ਆਪਦੀ। ਹਾਂਜੀ, ਬਹੁਤ ਸਾਰੀਆਂ ਗੱਲਾਂ, ਕਿਉਂਕਿ ਲਾ ਲਓ ਸਭ ਤੋਂ ਸਿਰਾ ਗੀਤ ਜਿਵੇਂ ਕਹਿੰਦੇ, ਜਿਹਦੇ ਨਾਲ ਉਹਨੂੰ ਪੂਰੀ ਵੱਖਰੀ ਪਛਾਣ ਮਿਲੀ ਲਾਕਡਾਊਨ ਦੇ ਵਿੱਚ, ਟਿੱਬਿਆਂ ਦਾ ਪੁੱਤ, ਮਾੜੀ ਜੱਟ ਦੀ ਹਿੰਡ ਕੁੜੇ, ਮੇਰਾ ਟਿੱਬਿਆਂ ਦੇ ਵਿੱਚ ਪੁੱਤ ਕੁੜੇ, ਹੈ ਨਾ, ਪਿੰਡ ਕੁੜੇ। ਉਹ ਕਹਿੰਦਾ ਜੇ ਜਿੱਥੇ ਸਿੱਧੀ ਬੱਸ ਵੀ ਨਹੀਂ ਜਾਂਦੀ, ਅਸੀਂ ਵੀ ਉਹ ਪਿੰਡਾਂ ਤੋਂ ਆਏ। ਅੱਜ ਵੀ ਸੱਚੀ ਗੱਲ ਹੈ, ਬਿਲਕੁਲ ਬਾਹਰ ਫਿਰਨੀ ਦੇ ਬਾਹਰ ਖੜ ਜਾਂਦੀ ਹੈ ਬੱਸ ਵੀ, ਮਸਾਂ ਹੀ ਜਾਂਦੀ ਹੈ ਕੋਈ ਬੱਸ। ਕਿਉਂਕਿ ਤੁਸੀਂ ਹੁਣ ਸੈਂਡੀ ਮਾਨਸਾ ਲਾਉਂਦੇ ਹੋ, ਮਾਨਸਾ ਲਾਉਂਦੇ ਹੋ ਆਪਦੇ ਨਾਲ ਨਾਮ ਦੇ, ਪਰ ਜਦੋਂ ਵੀ ਮਾਨਸਾ ਦਾ ਨਾਮ ਆਉਂਦਾ ਬਾਈ ਦਾ ਫੋਟੋ ਆ ਜਾਂਦੀ ਹੈ। ਮੇਰਾ ਪਿੰਡ ਬਈ ਜਿੱਥੇ ਬਾਈ ਦਾ ਡੈਥ ਸਪੋਟ ਆ, ਉੱਥੋਂ 1.5 ਕਿਲੋਮੀਟਰ ਕਹਿ ਲਓ ਬੱਸ ਵੀ, ਕਿਲੋਮੀਟਰ ਹੀ ਮਸਾਂ ਆਊ। ਅੱਛਾ, ਵੀ ਉੱਥੇ ਮੇਰਾ ਘਰ ਹੈ। ਓਕੇ, ਗੁਰਦੁਆਰੇ ਤੁਸੀਂ ਜਦੋਂ ਬਾਈ ਦੀ ਖਬਰ ਮਿਲੀ ਸੀ ਤੁਸੀਂ ਉਦੋਂ? ਮੈਂ ਹੇਮਕੁੰਡ ਸਾਹਿਬ ਗਿਆ ਸੀ ਬਾਈ। ਓਕੇ, ਤੇ ਦਰਸ਼ਨਾਂ ਨੂੰ ਸਾਨੂੰ ਉਦੋਂ ਫਿਰ ਉੱਥੇ ਤਾਂ ਇੰਟਰਨੈਟ ਬਹੁਤ ਘੱਟ ਸੀ, ਹਨਾ। ਤੇ ਫਿਰ ਕਿੰਨਾ ਟਾਈਮ ਬਾਅਦ ਮਿਲੀ ਸੀ? ਮੈਂ ਫਿਰ ਆ ਗਿਆ ਸੀ ਉਸੇ ਥੋੜੇ ਦਿਨਾਂ ਬਾਅਦ ਹੀ। ਅੱਛਾ, ਅਸੀਂ ਘਰੇ ਵੀ ਜਾ ਕੇ ਆਏ ਦੁਬਾਰਾ, ਹਨਾ, ਬਹਿ ਕੇ ਬਾਪੂ ਜੀ ਹੋਰਾਂ ਕੋਲੇ। ਤੇ ਫਿਰ ਪਤਾ ਲੱਗਿਆ ਵੀ ਚਲੋ ਵੀ ਭਾਣਾ, ਹਨਾ, ਵੀ ਉਹ ਤਾਂ ਪਰਿਵਾਰ ਨੂੰ ਮੰਨਣਾ ਹੀ ਪੈਣਾ ਸੀ ਬਹੁਤ ਜ਼ਿਆਦਾ, ਵੀ ਪੂਰੀ ਇੰਡਸਟਰੀ ਲਈ ਸੀ ਵੀ ਜਦੋਂ ਦੁੱਖ ਸੀ ਸਭ ਤੋਂ ਵੱਡਾ, ਵੀ ਚੀਜ਼ ਆਪਾਂ ਉਹਨੂੰ ਬਿਆਨ ਵੀ ਨਹੀਂ ਕਰ ਸਕਦੇ ਸ਼ਬਦਾਂ 'ਚ। ਤੇ ਆਰਟਿਸਟ ਜਿਹੜੇ ਪੰਜਾਬੀ ਇੰਡਸਟਰੀ ਦੇ ਵਿੱਚ ਆ, ਕਿਹਨਾਂ ਦੇ ਵਿੱਚ ਟੱਚ ਦੇ ਵਿੱਚ ਜ਼ਿਆਦਾ ਤੁਸੀਂ ਰਹਿੰਦੇ ਹੋ? ਬਹੁਤ ਸਾਰੇ ਬਾਈ, ਜਿੱਦਾਂ ਰਣਜੀਤ ਬਾਬਾ ਭਾਜੀ ਕਾਫੀ ਫੰਕਸ਼ਨਾਂ ਤੇ ਮਿਲਦੇ ਆ। ਹਾਂਜੀ, ਬਾਈ ਆਪਣੇ ਨਰਵੈਰ ਪੰਨੂ ਬਾਈ ਨੂੰ ਬਹੁਤ ਸਾਰੇ ਵਿਆਹਾਂ ਦੇ ਵਿੱਚ ਮਿਲੇ ਆ। ਹਾਂਜੀ, ਤੇ ਹੋਰ ਸਰ ਮੋਸਟਲੀ ਸਾਨੂੰ ਜਵੰਦਾ ਬਾਈ ਜੀ, ਹਨਾ, ਕਾਫੀ ਜਵੰਦੇ ਬਾਈ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਉਹ ਮੈਂ ਆਪਦੇ ਨਾ ਸਨੈਪਚੈਟ ਪਾਈ ਸੀ ਜੀ, ਉਹ ਮੈਂ ਉਦਾਂ ਸਟੋਰੀ ਪਾ ਦੀ, ਉਹ ਸਾਰੇ ਚੈਨਲਾਂ ਨੇ ਚੱਕ ਕੇ ਪਾ ਦੀ, ਸਾਗਰ ਦੀ ਬਹੁਤੀ ਲੈਂਦੀ ਡਿੱਗਾ ਜਗ੍ਹਾ, ਉਹ ਕਿਸੇ ਵਿਆਹ ਦੇ ਉੱਤੇ ਸੀ, ਉਹ ਮੈਂ ਅੱਜ ਤਾਂ ਗਾਈ ਆ ਪਾ ਦਿੱਤੇ, ਹਨਾ, ਉਹ ਕਹਿੰਦਾ ਕੀ ਐ ਨੀ ਪਤਾ ਕੀ ਚੀਜ਼ ਤੁਸੀਂ ਚਲਾ ਦਿਓ। ਤੇ ਹੋਰ ਕਾਫੀ ਸਾਰੇ ਬਈ ਏਦਾਂ ਦੇ ਆਰਟਿਸਟ ਆ ਜਿਹਨਾਂ ਨਾਲ ਬਹੁਤ ਸਾਰਾ ਪਿਆਰ ਆ, ਹਨਾ, ਸਤਿਕਾਰ। ਉਹ ਆਪ ਫੋਨ ਲਾ ਕੇ ਕਹਿਣ, ਉਹ ਸਤਿੰਦਰ ਬਾਈ ਨਾਲ ਬਹੁਤ ਜ਼ਿਆਦਾ ਪਿਆਰ ਆ ਬਾਈ ਮੇਰਾ, ਬਹੁਤ ਜ਼ਿਆਦਾ। ਤੁਸੀਂ ਕਹਿ ਲਓ ਵੀ ਮੈਂ ਜਦੋਂ ਵੀ ਉਹਦੀ ਕੋਈ ਕੈਸਟ ਆਉਂਦੀ ਆ ਨਾ, ਚਲੋ ਫੋਨ 'ਤੇ ਤਾਂ ਸਾਡੀ ਗੱਲਬਾਤ ਹੁੰਦੀ ਆ, ਅਤੇ ਬਾਕੀ ਬੀਬਾ ਬੱਚਾ। ਤੇ ਤੁਸੀਂ ਕਿਤਾਬਾਂ ਵਗੈਰਾ ਪੜ੍ਹਦੇ ਹੋ ਜਾਂ ਕੋਈ ਵੋਕੈਬਲਰੀ ਚੱਕਣ ਦੀ ਕੋਸ਼ਿਸ਼ ਕਰਦੇ ਹੋ ਬਾਈ? ਪੁਰਾਣੀਆਂ? ਹਾਂ, ਨਹੀਂ, ਕਿਤਾਬਾਂ ਪੜ੍ਹੀ ਦੀਆਂ ਬਾਈ, ਤੇ ਮੋਸਟਲੀ ਜ਼ਿਆਦਾਤਰ ਮੈਂ ਫੋਨ ਦੇ ਵਿੱਚ ਹੀ ਜ਼ਿਆਦਾ PDF ਹੀ ਜ਼ਿਆਦਾ ਕਰਦੇ, ਹਨਾ, ਕਿਉਂਕਿ ਸਾਰੇ ਜਿੱਦਾਂ ਆਵਾਮ ਨੂੰ ਸੁਨੇਹਾ ਵੀ ਤੁਸੀਂ ਹੁਣ ਆਪਦੇ ਖਾਲਸੇ ਰਾਜ ਬਾਰੇ ਜ਼ਰੂਰ ਪੜ੍ਹੋ, ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਰਿਲੇਟਡ, ਹਨਾ, ਤੇ ਹੋਰ ਕਾਫੀ ਸਾਰੀਆਂ ਇੱਦਾਂ ਦੀਆਂ ਗੱਲਾਂ ਜੋ, ਹਨਾ, ਵੀ ਤੁਹਾਨੂੰ ਪੜ੍ਹਨਾ ਚਾਹੀਦਾ ਵੀ ਸਿੱਖ ਰਾਜ ਦਾ ਅੰਤ ਕਿੱਦਾਂ ਹੋਇਆ, ਹਨਾ, ਤੇ ਮਹਾਰਾਣੀ ਜਿੰਦਾ ਦੀ ਕਿਤਾਬ, ਤੇ ਕਾਫੀ ਸਾਰੀਆਂ ਇੱਦਾਂ ਦੀਆਂ ਗੱਲਾਂ ਵੀ ਜੋ ਤੁਹਾਨੂੰ ਆਪਦੀ ਕੌਮ ਨਾਲ, ਤੁਹਾਡੀ ਜੜ੍ਹਾਂ ਨਾਲ ਤੁਹਾਨੂੰ ਜੋੜਨਗੀਆਂ। ਇਹਨਾਂ ਤੇ ਵੀ ਲਿਖੀ ਹੈ ਕੋਈ ਬੋਲੀ? ਮਹਾਰਾਜਾ ਰਣਜੀਤ ਸਿੰਘ ਥਰੈਟਫੋਰਡ ਦੇ ਵਿੱਚ ਮੈਂ ਇੱਕ ਬੋਲੀ ਪਾਈ ਸੀ ਲੰਡਨ ਦੇ ਵਿੱਚ, ਜਿੱਥੇ ਮਹਾਰਾਜਾ ਦਲੀਪ ਸਿੰਘ ਦੀ ਕਬਰ ਹੈ, ਹਾਂਜੀ, ਉਹ ਪੈਰਿਸ ਤੋਂ ਉਹਨਾਂ ਦੀ ਕਬਰ ਇੱਥੇ ਲੈ ਕੇ ਆਏ ਸੀ ਥਰੈਟਫੋਰਡ ਐਲਵਰਡਨ ਦੇ ਵਿੱਚ, ਉੱਥੇ ਖੜ ਕੇ ਮੈਂ ਬੋਲੀ ਪਾ ਗਿਆ ਸੀ, ਉਹ ਸੁਣਾ ਦਿੰਦਾ ਹਾਂ ਮੈਂ ਤੁਹਾਨੂੰ। ਇੱਕ ਅੱਜ ਸਾਹਿਬ ਵੈਸੇ ਊਧਮ ਸਿੰਘ ਜੀ ਦਾ ਉਹ ਆਪਣਾ ਸ਼ਹੀਦੀ ਦਿਹਾੜਾ, ਸ਼ਹੀਦੀ ਦਿਹਾੜਾ, ਉਹਦੇ ਉਹਨਾਂ ਦੇ ਲੰਡਨ ਦੇ ਵਿੱਚ ਜਿੱਥੇ ਕੈਕਸਟਨ ਹਾਲ ਹੈ, ਜੀ ਜੀ, ਆਕਸਬ੍ਰਿਜ ਸਾਡੇ ਜਿੱਥੇ ਉੱਥੇ ਨਾ ਰੋਡ ਪੈਂਦਾ, ਹੁਣ ਤਾਂ ਸ਼ਾਇਦ ਮੇਰੇ ਖਿਆਲ 'ਚ ਉੱਥੇ ਠੇਕਾ ਖੁੱਲ ਗਿਆ, ਉੱਥੋਂ ਊਧਮ ਸਿੰਘ ਨੇ ਪਿਸਟਲ ਬਾਈ ਕੀਤਾ ਸੀ, ਉਹ ਵੀ ਵੇਖ ਕੇ ਆਇਆ ਸੀ ਮੈਂ, ਜਿੱਥੇ ਜਿਹੜਾ ਉਹਨੇ ਕਿਤਾਬ ਦੇ ਵਿੱਚ ਰੱਖਿਆ ਸੀ। ਓਕੇ, ਤੇ ਉਹ ਕੈਕਸਟਨ ਹਾਲ ਲੰਡਨ ਦੇ ਵਿੱਚ ਜਾ ਕੇ ਬਾਈ ਜੀ ਨੇ ਉੱਥੇ ਗੋਲੀਆਂ ਚਲਾਈਆਂ ਸੀ ਜਨਰਲ ਡਵੈਰ ਦੇ ਉੱਤੇ, ਬਦਲਾ ਲਿਆ ਸੀ, ਉਹ ਦੋਨੇ ਬੋਲੀਆਂ ਸੁਣਾ, ਪਹਿਲਾਂ ਮਹਾਰਾਜ ਦਲੀਪ ਸਿੰਘ ਵਾਲੇ। ਹਾਂਜੀ ਹਾਂਜੀ ਹਾਂਜੀ,
ਉਹ 13 ਸਾਲਾਂ ਦਾ ਪਿਆ ਵਿਛੋੜਾ ਅੰਦਰੋਂ ਵੱਡ ਵੱਡ ਖਾਵੇ ਬਈ ਰਾਜ ਭਾਗ ਸਭ ਉੱਜੜ ਚੱਲੇ ਰਾਜ ਭਾਗ ਸਭ ਉੱਜੜ ਚੱਲੇ ਕੀਨੂੰ ਹਾਲ ਸੁਣਾਵੇ ਬਈ ਕੋਹੇ ਨੂਰ ਤੋਂ ਮਹਿੰਗਾ ਪੁੱਤਰ ਕੋਹੇ ਨੂਰ ਤੋਂ ਲੈ ਇੰਗਲੈਂਡ ਨੇ ਆਏ ਮਾਵਾਂ ਪੁੱਤਾਂ ਦਾ ਕਦੇ ਰੱਬ ਨਾ ਵਿਛੋੜਾ ਪਾਵੇ ਮਾਵਾਂ ਪੁੱਤਾਂ ਦਾ ਰੱਬ ਨਾ ਵਿਛੋੜਾ ਪਾਵੇ ਮਾਵਾਂ ਪੁੱਤਾਂ ਦਾ ਵਰਤਿਆ ਸੁਣ ਕੇ ਊਧਮ ਸਿੰਘ ਕੈਕਟਨ ਹਾਲ ਚ ਵੜਦਾ ਬਈ ਮਰੇ ਹਜ਼ਾਰਾਂ ਵੀਰ ਪੰਜਾਬੀ ਮਰੇ ਹਜ਼ਾਰਾਂ ਵੀਰ ਪੰਜਾਬੀ ਕਿਵੇਂ ਸੂਰਮਾ ਜਰਦਾ ਉਹ ਜਦ ਤੱਕ ਬਦਲਾ ਲੈ ਨਹੀਂ ਲੈਂਦਾ ਜਦ ਤੱਕ ਬਦਲਾ ਨਹੀਂ ਕਾਲ ਜਾਂ ਠਰਦਾ ਬਦਲਾ ਲੈਣ ਦੀਆਂ ਵਾ ਸ਼ੇਰ ਸਕੀਮਾਂ ਘੜਦਾ ਬਦਲਾ ਲੈਣ ਦੀਆਂ ਉਹ ਸ਼ੇਰ ਸਕੀਮਾਂ ਘੜਦਾ ਬਦਲਾ ਲੈਣ ਦੀਆਂ ਕਿਆ ਬਾਤ ਹੈ ਕਿਆ ਬਾਤ ਹੈ ਇਹ ਤੁਸੀਂ ਆਪ ਬਣਾਈ ਆਪ ਬਣਾਈ ਬਹੁਤ ਵਧੀਆ ਮੈਂ ਚਾਹੁੰਦਾ ਵੀ ਇੱਦਾਂ ਦੀਆਂ ਬੋਲੀਆਂ ਤੁਸੀਂ ਹੋਰ ਅੱਗੇ ਜਿੱਦਾਂ ਵੀ ਸੁਣ ਕੇ ਵੀ ਵਧੀਆ ਲੱਗਦਾ ਤੇ ਉਹ ਚੀਜ਼ਾਂ ਨਾਲ ਜੁੜਦੇ ਆ ਲੋਕ ਕਿਉਂਕਿ ਉਹ ਚੀਜ਼ਾਂ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਪਰ ਕੁਝ ਨਾ ਕੁਝ ਇੱਦਾਂ ਹੁੰਦੀਆਂ ਗੁਰੂ ਨਾਨਕ ਮਹਾਰਾਜ ਜੀ ਦੇ ਜਨਮ ਤੋਂ ਲੈ ਕੇ ਹਨਾ ਜਿੱਥੋਂ ਵੀ ਲਾ ਲਓ ਬਹੁਤ ਸਾਰੀਆਂ ਇੱਦਾਂ ਦੀਆਂ ਬੋਲੀਆਂ ਜੋ ਦਸਮ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਖਤਮ ਹੁੰਦੀਆਂ ਵਿੱਚ ਨਨਕਾਣੇ ਜਨਮ ਲਿਆ ਇਸ ਜੱਗ ਦੀ ਕਰਤਾ ਧਰਤਾ ਮਾਂ ਤ੍ਰਿਪਤਾ ਪਿਤਾ ਕਾਲੂ ਦਾ ਘਰ ਖੁਸ਼ੀਆਂ ਨਾਲ ਭਰਤਾ ਪਿਤਾ ਦੇ ਦਿੱਤੇ 20 ਰੁਪਈਆਂ ਦਾ ਸੱਚਾ ਸੌਦਾ ਕਰਤਾ ਜਾਤ ਪਾਤ ਦਾ ਭੇਦ ਮਿਟਾ ਕੇ ਇੱਕੋ ਲੈਣ ਬਿਠਾਇਆ ਬਾਬੇ ਨਾਨਕ ਨੇ ਐਸਾ ਲੰਗਰ ਲਾਇਆ ਫਿਰ ਗੁਰੂ ਨਾਨਕ ਮਹਾਰਾਜ ਦੀ ਸਕੂਲਿੰਗ ਹੋਈ ਜਿੱਥੇ ਵਿੱਦਿਆ ਪੜ੍ਹਾਇਆ ਹਨਾ ਉਹ ਸੀ ਕਿ ਬਾਬਲ ਸੋਚਿਆ ਮੈਂ ਪਟਵਾਰੀ ਪੁੱਤਰ ਵੀ ਪੜ੍ਹ ਜਾਵੇ ਪੜ੍ਹ ਲਿਖ ਕੇ ਬਣ ਜਾਵੇ ਅਫਸਰ ਕੁੱਲ ਦਾ ਨਾਮ ਬਣਾਵੇ ਪਾਂਧੇ ਕੋ ਜਾ ਦਾਖਲ ਕੀਤਾ ਪਾਂਧਾ ਟੇਵਾ ਲਾਵੇ ਕਦੋਂ ਕੋ ਸਿੱਖ ਜੂ ਉੜਾ ਆੜਾ ਕਰੇ ਸਿਖਾਉਣ ਦੇ ਦਾਵੇ ਨੂਰੀ ਬਾਲਕ ਦਾ ਪਾਂਧੇ ਤਾਂ ਹੀ ਪੜਾਵੇ ਇਹ ਚੀਜ਼ਾਂ ਲਿਖੀਆਂ ਹੋਈਆਂ ਕਿਤੇ ਜਾਂ ਪੁਰਾਣੀਆਂ ਫੋਕ ਚੀਜ਼ਾਂ ਮਤਲਬ ਉਦੋਂ ਚੱਲਦੀਆਂ ਤਾਂ ਆ ਰਹੀਆਂ ਪਰ ਇਹ ਕਿਤੇ ਲਿਖੀਆਂ ਹੋਈਆਂ ਕਿਸੇ ਗ੍ਰੰਥ ਦੇ ਵਿੱਚ ਜਾਂ ਇਹ ਉਹਨਾਂ ਚੱਲਦੀਆਂ ਆ ਰਹੀਆਂ ਵੈਸੇ ਪਾਉਂਦੇ ਆ ਰਹੇ ਪੀੜੀ ਮਤਲਬ ਦੋਸਤ ਤੋਂ ਸੁਣੀਆਂ ਸੀ ਹਨਾ ਹਾਂਜੀ ਉਹਨੇ ਕਿਸੇ ਪੁਰਾਣੇ ਚਿੱਠੇ ਤੋਂ ਪੜ੍ਹੀਆਂ ਸੀ ਚਿੱਠੇ ਹੁੰਦੇ ਸੀ ਪਹਿਲਾਂ ਬੋਲੀਆਂ ਵਾਲੇ ਹਾਂਜੀ ਤੇ ਉਹ ਇਦਾਂ ਦੀ ਅੱਗੇ ਚੱਲਦੇ ਅੱਗੇ ਤੋਂ ਅੱਗੇ ਚੱਲਦੀਆਂ ਜਿੱਦਾਂ ਹੁਣ ਤੁਸੀਂ ਦੱਸਤਾ ਫਿਰ ਅੱਗੇ ਲੋਕਾਂ ਨੂੰ ਹੋਰ ਸਮਝ ਲੱਗੂਗੀ ਹਾਂ ਸਿੱਧੂ ਬਾਈ ਦੇ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਦੋਂ ਹੋਈ ਸੀਗੀ 2017-18 ਦੇ ਵਿੱਚ ਹੋਏ ਸੀ ਜਦੋਂ ਪਹਿਲੀ ਵਾਰ ਉੱਚੀਆਂ ਨੇ ਗੱਲਾਂ ਤੇਰੇ ਯਾਰ ਪਹਿਲੀ ਵਾਰ ਪਿੰਡ ਆਇਆ ਸੀ ਜਦੋਂ ਬਾਈ ਪਹਿਲੀ ਵਾਰੀ ਪਿੰਡ ਆਇਆ 17 ਚ ਆਇਆ ਤੇ ਬਹੁਤ ਸਾਰੇ ਲੋਕ ਬਾਹਰ ਵੇਟ ਕਰ ਰਹੇ ਸੀ ਚਲੋ ਅਸੀਂ ਉਸ ਟਾਈਮ ਇੰਨੇ ਕੁ ਜ਼ਿਆਦਾ ਲੱਕੀ ਸੀ ਕਿ ਵੀ ਸਾਡੇ ਲਈ ਗੇਟ ਖੁੱਲ੍ਹੇ ਹਨਾ ਵੀ ਅਸੀਂ ਮਿਲ ਕੇ ਆਏ ਜਿੰਮੀ ਬਾਈ ਦੇ ਕਹਿਣ ਦੇ ਉੱਤੇ ਹਨਾ ਫੋਟੋ ਭਾਈ ਮੈਂ ਸੀ ਮੇਰਾ ਬ੍ਰਦਰ ਸੀ ਹਾਂਜੀ ਇੱਕ ਹੋਰ ਮੇਰਾ ਚਾਚੇ ਜੀ ਦਾ ਕਜ਼ਨ ਸੀ ਤੇ ਇੱਕ ਮੁੰਡਾ ਭਗਵੰਤ ਸੀ ਅਸੀਂ 4 ਜਾਣੇ ਸੀ ਬਾਈ ਨੂੰ ਸਪੈਸ਼ਲੀ ਮਿਲ ਕੇ ਆਏ ਤੇ ਸੁੱਤਾ ਉੱਠਿਆ ਸੀ ਅੱਛਾ ਉਹ ਮਤਲਬ ਜਦੋਂ ਜਿਹੜੇ ਦਿਨ ਆਇਆ ਸੀ ਬਾਈ ਉਸ ਤੋਂ ਕਿੰਨੇ ਦਿਨਾਂ ਬਾਅਦ ਤੁਸੀਂ ਗਏ ਸੀਗੇ ਬਾਈ ਦੇ ਘਰੇ ਉਸੇ ਦਿਨ ਦੀ ਗੱਲ ਹੈ ਕਿ ਅਗਲੇ 1-2 ਦਿਨ ਦੀ ਗੱਲ ਹਨਾ 1-2 ਦਿਨ ਦੀ ਗੱਲ ਸੀ ਕਿਉਂਕਿ ਉਹਦੀ ਵੇਟ ਬਹੁਤ ਹੁੰਦੀ ਸੀ ਹਨਾ ਬਹੁਤ ਸਾਰਾ ਇਕੱਠ ਸੀ ਇੱਦਾਂ ਹਨਾ ਤੇ ਉਹ ਤਾਂ ਮੈਨੂੰ ਲੱਗਦਾ ਬਾਈ ਨੇ ਵੀ ਨਹੀਂ ਸੋਚਿਆ ਹੋਣਾ ਵੀ ਮੈਂ ਪਿੰਡ ਜਾ ਰਿਹਾ ਪਰ ਇੰਨੀ ਚੀਜ਼ਾਂ ਹੋ ਜਾਣਗੀਆਂ ਹਨਾ ਜਿੱਕ ਕਿਉਂਕਿ ਉਹ ਪੂਰਾ ਇਕੱਠ ਤੁਸੀਂ ਵੇਖਿਆ ਹੋਣਾ ਵੀਡੀਓਜ਼ ਦੇ ਵਿੱਚ ਹਨਾ ਉਹ ਬਹੁਤ ਜ਼ਿਆਦਾ ਮਤਲਬ ਐਕਸਾਈਟਮੈਂਟ ਹੀ ਸੀ ਅਸੀਂ ਜਦੋਂ ਜਾ ਕੇ ਘਰੇ ਅਸੀਂ ਕਿਹਾ ਵੀ ਅਸੀਂ ਸਿੱਧੂ ਬਾਈ ਨੂੰ ਮਿਲ ਕੇ ਆਉਣਾ ਤਾਂ ਅਸੀਂ ਫਿਰ ਸ਼ਹਿਰ ਭੂਆ ਜੀ ਦੀ ਸਕੂਟਰੀ ਸੀ ਅਸੀਂ ਸਕੂਟਰੀ 'ਤੇ ਖਿੱਚਦੀ ਸੀ ਮਾਂ ਜਵਾਰ ਕੇ ਦਮੂਸੇ ਨੂੰ ਤੇ ਤੁਸੀਂ ਉਦੋਂ ਪਹਿਲਾਂ ਮਤਲਬ ਸੁਣਦੇ ਹੁੰਦੇ ਸੀਗੇ ਬਾਈ ਨੂੰ ਜਿੱਦਾਂ ਪਹਿਲਾਂ ਜੀ ਮੇਰੇ ਬ੍ਰਦਰ ਨਾਲ ਸਕੂਲਿੰਗ ਆ ਬਾਈ ਦੀ ਅੱਛਾ ਜੀ ਹਾਂਜੀ ਉਹ ਉਸ ਟਾਈਮ ਸਕੂਲ ਦੇ ਵਿੱਚ ਵਿਦਿਆ ਭਾਰਤੀ ਸਕੂਲ ਦੇ ਵਿੱਚ ਪੜਿਆ ਨਾ ਬਾਈ ਤੇ ਉਹ ਇਕੱਠੇ ਕਲਾਸਮੇਟ ਦੇ ਰਹੇ ਨਾ ਓਕੇ ਹਾਂਜੀ ਤੇ ਮਤਲਬ ਉਦੋਂ ਬਾਈ ਕਿੰਨਾ ਕੁ ਐਕਟਿਵ ਸੀਗਾ ਜਾਂ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਨਹੀਂ ਸਕੂਲ ਟਾਈਮ ਗਾਉਂਦਾ ਤਾਂ ਜ਼ਰੂਰ ਸੀ ਬਹੁਤ ਵੀ ਪਰ ਜ਼ਿਆਦਾ ਲੋਕਾਂ ਦੇ ਵਿੱਚ ਕਿਉਂਕਿ ਮੈਂ ਮੇਰੇ ਤੋਂ ਤਾਂ 6-7 ਸਾਲ ਸੀਨੀਅਰ ਸੀ ਬਾਈ ਅੱਛਾ ਜੀ ਹਾਂ ਤੁਸੀਂ ਕਹਿ ਲਓ 6-7 ਸਾਲ ਸੀਨੀਅਰ ਸੀ ਅਸੀਂ ਉਹਦੇ ਤੋਂ ਇੱਕ ਵਾਰ ਮੇਰੇ ਗੱਲ ਯਾਦ ਹੈ ਮੇਰਾ ਬ੍ਰਦਰ ਸ਼ਾਇਦ ਅਸੀਂ CD ਲਈ ਸੀ ਉਹਦੇ ਤੋਂ ਅੱਛਾ ਜੀ
ਜਾਗੋ ਵਾਲੇ ਜਥਿਆਂ ਦੀ ਸੀਡੀ ਸੀ ਉਹ ਬਹੁਤ ਸੁਣਦਾ ਹੁੰਦਾ ਸੀ ਸ਼ੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰਨ ਕਲੋਲਾਂ AK-47 ਵਾਲੇ ਖਾਲਿਸਤਾਨ ਬਣਾ ਰਹੇ ਨੇ ਉਹ ਮੈਨੂੰ ਹਜੇ ਵੀ ਪਈ ਹੋਊ ਸਾਡੇ ਕੋਲ ਤਵਾ ਪਤਾ ਡਿੱਗ ਗਿਆ ਕਿ ਨਾ ਸਿੱਧੂ ਬਾਈ ਤੋਂ ਲਈ ਸੀ ਹਾਂ ਸਿੱਧੂ ਬਾਈ ਤੋਂ ਲਈ ਸੀ ਓਕੇ ਮੈਂ ਤਾਂ ਹੀ ਆਪਾਂ ਸੁਣਦੇ ਹਾਂ ਜਿੱਦਾਂ ਹੁਣ ਬਾਈ ਦੀ ਜਾਣ ਤੋਂ ਬਾਅਦ ਵਾਰ ਰਿਲੀਜ਼ ਹੋਈ ਸਾਡੀ ਨਜ਼ਰ 'ਚ ਉਹਦੇ ਨੇ ਉਹਦਾ ਵੀ ਉਹਨੇ ਗਾ ਕੇ ਹਾਂ ਲਾਈਵ ਵੀ ਬੋਲਿਆ ਸੀਗਾ ਤੇ ਉਹ ਚੀਜ਼ਾਂ ਉਹ ਕਿਤੇ ਨਾ ਕਿਤੇ ਸਾਨੂੰ ਵੀ ਉੱਥੇ ਜ਼ਿਆਦਾ ਉਹ ਪਿਆ ਵੀ ਵੇਖਣ ਵੀ ਹਾਂ ਵੀ ਕੀ ਹੈ ਪਰ ਮੈਂ ਇਸ ਚੀਜ਼ ਨੂੰ ਆਪਦੇ ਆਪ ਨੂੰ ਲੱਕੀ ਮੰਨਦਾ ਮੈਂ ਉਹਨਾਂ ਦੇ ਦਰਸ਼ਨ ਕਰਕੇ ਇੰਗਲੈਂਡ ਦੇ ਵਿੱਚ ਜਿਨ੍ਹਾਂ ਨੇ ਗਾਈਆਂ ਉੱਥੇ ਉਹਨਾਂ ਦੇ ਸਮਾਗਮ ਸੀ ਲੰਡਨ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਸਿੰਘ ਭਾਈ ਨਿਰਮਲ ਸਿੰਘ ਚੋਹਲਾ ਜੀ ਜਿਨ੍ਹਾਂ ਦੀ ਜ਼ੁਬਾਨ ਕੱਟ ਦਿੱਤੀ ਗਈ ਸੀ 1984 ਦੇ ਵਿੱਚ ਜਿਨ੍ਹਾਂ ਨੇ ਜਾਗੋ ਅਸਲੀ ਗਾਈ ਹੋਈ ਹੈ ਅੱਛਾ ਜੀ ਸਿੰਘਾ ਜਾਗ ਬਈ ਹੁਣ ਜਾਗੋ ਆਈ ਹੈ ਕਿੱਧਰੋਂ ਆਈ ਹੈ ਹਨਾ ਉਹਨਾਂ ਦੇ ਬੇਟੇ ਹਜੇ ਵੀ ਸਿੱਖੀ ਦਾ ਪ੍ਰਚਾਰ ਕਰਦੇ ਹੋ ਇੰਗਲੈਂਡ ਦੀ ਧਰਤੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹਨਾ ਉਹ ਵੀ ਆਪਦਾ ਕੋਈ ਸ਼੍ਰੀ ਜੱਥਾ ਚਲਾਉਂਦੇ ਆ ਉਹਨਾਂ ਦਾ ਮੇਰੇ ਨਾਮ ਐਗਜੈਕਟ ਨਹੀਂ ਯਾਦ ਤੇ ਬਾਕੀ ਮੈਂ ਫੋਟੋ ਵੀ ਅਪਲੋਡ ਕੀਤੀ ਸੀ ਉਹਨਾਂ ਦਾ ਨਾਮ ਲਿਖ ਕੇ ਤੇ ਉਹ ਭਾਈ ਨਿਰਮਲ ਸਿੰਘ ਚੋਹਲੇ ਦੇ ਪਰਿਵਾਰ ਚੋਂ ਤੇ ਇਹ ਜਾਗੋ ਵਾਲਾ ਜੱਥਾ ਸੀ ਉਹਨਾਂ ਨਾਲ ਕਿਉਂਕਿ ਤੁਸੀਂ ਹੁਣ ਜਿਹੜੀਆਂ ਗੱਲਾਂ ਦੱਸ ਰਹੇ ਹੋ ਮੈਨੂੰ ਲੱਗਦਾ ਵੀ ਕਈ ਲੋਕ ਤਾਂ ਰੀਲਾਂ 'ਚ ਜਾਂ ਸੋਸ਼ਲ ਮੀਡੀਆ ਤੇ ਇੰਨੇ ਫਸੇ ਹੋਏ ਨੇ ਵੀ ਕਈਆਂ ਨੂੰ ਤਾਂ ਨੌਲੇਜ ਵੀ ਨਹੀਂ ਹੋਊਗੀ ਵੀ ਇਹ ਚੀਜ਼ਾਂ ਹੈਗੀਆਂ ਨੇ ਤੁਸੀਂ ਦੇਖ ਕੇ ਆਏ ਹੋ ਭਾਈ ਮਾਲ ਸਿੰਘ ਹੋਰਾਂ ਦਾ ਨਾਮ ਸੁਣਿਆ ਨਾ ਹਾਂਜੀ ਤਿੰਨ ਕਵਿਸ਼ਰੀ ਗਾਉਂਦੇ ਚੰਡੀਗੜ੍ਹ ਵਾਲੇ ਹੁਣ ਅੱਜ ਕੱਲ੍ਹ ਅਮਰੀਕਾ ਰਹਿੰਦੇ ਆ ਜੀ 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 ਉਹਨਾਂ ਦੀ ਮੈਂ ਇੱਕ ਇੰਟਰਵਿਊ ਦੇ ਵਿੱਚ ਸੁਣ ਰਿਹਾ ਸੀ ਉਹ ਕਹਿੰਦੇ ਅਸੀਂ ਭਾਈ ਨਿਰਮਲ ਸਿੰਘ ਚੋਹਲੇ ਦਾ ਨਾਮ ਲੈ ਕੇ ਸਟੇਜ ਦੇ ਉੱਤੇ ਚੜ੍ਹਦੇ ਹਾਂ ਅੱਛਾ ਜੀ ਤੇ ਉਹ ਐਡਾ ਕੁ ਸਰੀਲਾ ਜੇ ਤੁਸੀਂ ਉਹਨਾਂ ਦੀ ਯੂਟਿਊਬ ਦੇ ਉੱਤੇ ਸ਼ਹਾਦਤ ਸੁਣੋ ਨਾ ਜੀ ਐਡਾ ਕੁ ਸਰੀਲਾ ਕਲਾਕਾਰ ਮਤਲਬ ਕਹਿ ਦਿਓ ਕਿ ਬਾਬੇ ਸੁਰ ਸਿੰਘ ਵਾਲਿਆਂ ਦੀ ਉਹਨਾਂ ਨੇ ਸੰਥਿਆ ਲਈ ਸੀ ਦਸਮ ਦੀ ਬਾਣੀ ਦੇ ਉੱਤੇ ਕਹਿੰਦੇ ਵੀ ਇਹ ਸਿੰਘ ਦਸਮ ਦੀ ਬਾਣੀ ਬਹੁਤ ਚੜ੍ਹਦੀ ਕਲਾਂ 'ਚ ਪੜ੍ਹਦਾ ਉਹ ਕਹਿੰਦਾ ਇਹ ਬਾਣੀ ਛੱਡੋ ਕਹਿੰਦੇ ਇਹ ਕਹਿੰਦਾ ਗਾਉਂਦਾ ਵੀ ਬਹੁਤ ਸੋਹਣਾ ਕਹਿੰਦੇ ਕਵਿਸ਼ਰੀ ਇਹਦੀ ਸੁਣੋ ਤੇ ਉਸ ਬੰਦੇ ਦਾ ਬੈਕਗ੍ਰਾਉਂਡ ਉਸ ਸੰਤ ਮਹਾਤਮਾ ਹੀ ਕਹਿ ਲਓ ਵੀ ਹਨਾ ਵੀ ਉਹਦਾ ਬੈਕਗ੍ਰਾਉਂਡ ਐਡੀ ਕੁ ਸਰੀਲੀ ਆਵਾਜ਼ ਹੋਣ ਦੇ ਬਾਵਜੂਦ ਉਹਨਾਂ ਦੀ ਉਸ ਟਾਈਮ ਦੇ ਵਿੱਚ ਜ਼ੁਬਾਨ ਕੱਟ ਦਿੱਤੀ ਗਈ ਸੀ ਐਡਾ ਤਸ਼ੱਦਦ ਸੀ ਤੇ ਉਹ ਜਿੰਨੀ ਉਹ ਘਰਾਂ ਦੇ ਵਿੱਚ ਜਾਂਦੇ ਸੀ ਜਿਹਨਾਂ ਜਿਹਨਾਂ ਸਿੰਘਾਂ ਦੇ ਉੱਤੇ ਆਪਣਾ ਪ੍ਰੋਗਰਾਮ ਕਰਦੇ ਸੀ ਸਾਡੇ ਤੋਂ ਤਾਂ ਸ਼ਾਇਦ ਐਡਾ ਦਾ ਵੱਡਾ ਤਾਂ ਦਿਲ ਕਿਸੇ ਦਾ ਹੋਣਾ ਹੀ ਨਹੀਂ ਉਹ ਜਿੰਨੀ ਮਾਇਆ ਬਣਦੀ ਸੀ ਉਹ ਸ਼ਹੀਦ ਪਰਿਵਾਰ ਨੂੰ ਦੇ ਆਉਂਦੇ ਸੀ ਜਿਹੜੇ ਉਹਨਾਂ ਨੂੰ ਕਲੈਕਸ਼ਨ ਹੁੰਦੀ ਸੀ ਅੱਛਾ ਜੀ ਆਪਦਾ ਥੋੜਾ ਮੋਟਾ ਖਰਚਾ ਕੱਢ ਇਹ ਤੁਹਾਨੂੰ ਉੱਥੇ ਜਾ ਕੇ ਪਤਾ ਲੱਗਿਆ ਇਹ ਸਾਰੀਆਂ ਗੱਲਾਂ ਉਹਨਾਂ ਨੇ ਉੱਥੇ ਜਾ ਕੇ ਦੱਸੀਆਂ ਮਤਲਬ ਯੂਟਿਊਬ ਤੇ ਵੀ ਪਈਆਂ ਵੈਸੇ ਤੁਸੀਂ ਸੁਣ ਸਕਦੇ ਹੋ ਕਿਉਂਕਿ ਮਾਝੇ ਵਾਲੇ ਮਾਝੇ ਦੀ ਧਰਤੀ ਹੈ ਨਾ ਜੋ ਹਮੇਸ਼ਾ ਇਹ ਸ਼ੁਰੂ ਤੋਂ ਸੂਰਬੀਰਾਂ ਦੀ ਧਰਤੀ ਰਹੀ ਹੁਣ ਵੇਖ ਰਹੇ ਹੋ ਪਹਿਲਾਂ ਮਾਝੇ ਦੀ ਧਰਤੀ ਦੇ ਵਿੱਚ 1984 ਆਇਆ ਹਨਾ ਬਹੁਤ ਸਾਰੀ ਚੀਜ਼ਾਂ ਦੇ ਵਿੱਚ ਖਾਤਮਾ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਇੱਥੋਂ ਦੀ ਨਸਲ ਕਿਉਂਕਿ ਇਹ ਅਣਖੀ ਲੋਕ ਹੈ ਫਿਰ ਨਸ਼ਾ ਵਾੜਤਾ ਨਸ਼ੇ ਨਾ ਖਤਮ ਹੁਣ ਬਹੁਤ ਸਾਰਾ ਆਪਾਂ ਪੋਡਕਾਸਟ ਦੇ ਵਿੱਚ ਵੀ ਸੁਣਦੇ ਬਹੁਤ ਸਾਰੇ ਲੋਕਾਂ ਦੇ ਹੁਣ ਇੱਥੇ ਈਸਾਈ ਧਰਮ ਜਿਵੇਂ ਪਾਸਟਰ ਵਾਲਾ ਉਹ ਕਹਿੰਦੇ ਉਹ ਜ਼ਿਆਦਾ ਚਲਾਤਾ ਪਰ ਇਹ ਨਹੀਂ ਕਹਿੰਦੇ ਵੀ ਧਰਮ ਕੋਈ ਨਹੀਂ ਮਾੜਾ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਸਿੱਖ ਕਿਉਂਕਿ ਗੱਲ ਸਾਰਿਆਂ ਨੇ ਇੱਕੋ ਰਾਮ ਦੀ ਕਰਨੀ ਹੈ ਸਾਰਿਆਂ ਨੇ ਉਹ ਕਰਨੇ ਪਰ ਆਪਾਂ ਪਖੰਡਵਾਦ ਤੋਂ ਦੂਰ ਰਹੀਏ ਜਿਵੇਂ ਪਖੰਡੀ ਬਾਬਿਆਂ ਤੋਂ ਜਿਵੇਂ ਇੱਧਰ ਬੰਦੇ 'ਚ ਸਬਰ ਹੀ ਨਹੀਂ ਹੈਗਾ ਆਪਾਂ ਪਤਾ ਕੀ ਭਾਲਦੇ ਆਪਾਂ ਕਹਿੰਦੇ ਵੀ ਆਪਾਂ ਨੂੰ ਵੀ ਉਹ ਫਲਾਨਾ ਬੰਦਾ ਹੈ ਵੀ ਉਹਨੂੰ 100 ਬੰਦੇ ਗਏ 100 ਬੰਦੇ ਦੇ ਵਿੱਚ 3 ਬੰਦੇ ਦਾ ਕੰਮ ਹੋ ਗਿਆ ਬਾਈ ਯਾਰ ਮੇਰੇ ਤਾਂ ਬੱਲੇ ਬੱਲੇ ਹੋ ਗਈ ਤੁਸੀਂ ਤਾਂ ਜਾਓਗੇ ਫਿਰ ਆਪੇ ਵੀ ਯਾਰ ਉੱਦਾਂ ਆਪਾਂ ਉਹ ਚੀਜ਼ ਭੇਟ ਚੱਲ ਸਬਰ ਥੋੜ੍ਹੇ ਜਿਹੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਇਹ ਜਿਹੜੀ ਤੁਹਾਡੀ ਧਰਤੀ ਹੈ ਇਹ ਇੱਕ ਜਿੱਦਾਂ ਕਹਿ ਦੇ ਆਪਾਂ ਨੈਚੁਰਲ ਤੌਰ 'ਤੇ ਕਰੀਏ ਆਪਾਂ ਕੋਈ ਇਹਨੂੰ ਇਹ ਨਾ ਕਦੇ ਵੀ ਜਾਦੂ ਟੂਣੇ ਨਾਲ ਵੀ ਅੱਜ ਇੱਦਾਂ ਹੋ ਜਾਏ ਇੱਦਾਂ ਹੋ ਜਾਏ ਨਹੀਂ ਹੁਣ ਕਰਨ ਨੂੰ ਤਾਂ ਦਸਮ ਪਾਤਸ਼ਾਹ ਸਭ ਕੁਛ ਕਰ ਉਹ ਤਾਂ ਜਾਣੀ ਜਾਣ ਸੀ ਇੱਕ ਪਰਮਾਤਮਾ ਸੀ ਸ਼ਖਸ ਹਨਾ ਉਹ ਵੀ ਕੁਛ ਕਰ ਸਕਦੇ ਸੀ ਹਨਾ ਕਿਉਂ ਨਹੀਂ ਉਹ ਆਉਂਦੇ ਇਸ ਸ੍ਰਿਸ਼ਟੀ ਨੂੰ ਵੀ ਜਿੱਦਾਂ ਚੱਲ ਰਹੀ ਹੈ ਇਹ ਉਦਾਂ ਚੱਲ ਵੀ ਉਹਦੇ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਨਾ ਸੀ ਉਹ ਕਰੀ ਕਿਉਂਕਿ ਉਹੀ ਗੱਲ ਆ ਨਾ ਜਿੱਦਾਂ ਆਪਾਂ ਗੁਰੂ ਘਰ ਜਾਂਦੇ ਹਾਂ ਆਪਾਂ ਮੰਨਦੇ ਹਾਂ ਵੀ ਸਾਡੀ ਸਿਹਤ ਵਧੀਆ ਰਹੇ ਸਰਬੱਤ ਦਾ ਭਲਾ ਮੰਗਦੇ ਹਾਂ ਪਰ ਜੇ ਡੇਰਾਵਾਦ ਦੇ ਵਿੱਚ ਆਪਾਂ ਦੇਖੀਏ ਤਾਂ ਕਈ ਲੋਕ ਇਸ ਲਈ ਜਾਂਦੇ ਨੇ ਵੀ ਉਹ ਸਾਡਾ ਫਿਊਚਰ ਦੱਸ ਦਿੰਦਾ ਵੀ ਤੁਸੀਂ ਇੰਨੇ ਟਾਈਮ ਤੱਕ ਇੱਕ ਲਿਮਿਟ ਟਾਈਮ ਦੇ ਦਿੰਦੇ ਆ ਵੀ ਤੁਸੀਂ ਇੰਨੇ ਟਾਈਮ ਤੱਕ ਠੀਕ ਹੋ ਜਾਓਗੇ ਅੰਧ ਭਗਤ ਆਪਾਂ ਕਹਿ ਸਕਦੇ ਹਾਂ ਵੀ ਅੰਧ ਵਿਸ਼ਵਾਸ ਕਹਿ ਸਕਦੇ ਹਾਂ ਬਾਕੀ ਮੇਨ ਗੱਲ ਇਹ ਆ ਅਸੀਂ ਤਾਂ ਅਰਦਾਸ ਦੇ ਵਿੱਚ ਹਰ ਰੋਜ਼ ਕਿੰਨੇ ਪੰਜਾਬ ਦੇ ਵਿੱਚ ਕਿੰਨੇ ਪੂਰੇ ਵਰਲਡ ਦੇ ਵਿੱਚ ਇੰਨੇ ਗੁਰਦੁਆਰੇ ਆ ਇੱਕੋ ਹੀ ਅਰਦਾਸ ਹੁੰਦੀ ਆ ਖੁਆਰ ਹੋਏ ਸਭ ਮਿਲੇਗੇ
ਬਚੇ ਸ਼ਰਮ ਜੋ ਹੋਏ, ਹੈ ਨਾ ਵੀ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਹੈ ਨਾ ਵੀ ਖਾਲਸਾ ਰਾਜ ਤਾਂ ਆਉਣੀ ਆ ਅੱਜ ਨਹੀਂ ਅਤੇ ਕੱਲ੍ਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰੀਏ ਆਪਾਂ ਕਹਿੰਦੇ ਵੀ ਬਸ ਸੋਚਦੇ ਆ ਜੇ ਉਹ, ਆਪਾਂ ਨੂੰ ਵੀ ਪਤਾ ਇੱਥੇ ਵੀ ਸਭ ਕੀ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਆ ਨਾ ਇਹ ਚੀਜ਼ਾਂ, ਆਪਾਂ ਬੋਲਦੇ ਨਹੀਂ ਉਸ ਚੀਜ਼ ਬਾਰੇ, ਬੋਲਾਂਗੇ ਤਾਂ ਉਸ ਚੀਜ਼ ਦੇ ਵਿੱਚ ਜ਼ਿਆਦਾ ਮੁੱਦੇ, ਹੈ ਨਾ ਡਿਬੇਟ ਜ਼ਿਆਦਾ ਹੋਊਗੀ, ਪਰ ਉਹ ਕਿਤੇ ਨਾ ਕਿਤੇ ਉਹ ਅਕਾਲ ਪੁਰਖ ਵੇਖ ਰਿਹਾ, ਉਹ ਕਿਤੇ ਨਾ ਕਿਤੇ ਉਹਨਾਂ ਦੇ ਸਿੱਟੇ ਨਿਕਲ ਕੇ ਬਾਹਰ ਆਉਣਗੇ। ਓਕੇ, ਆਪਾਂ ਗੱਲ ਕਰ ਰਹੇ ਸੀ ਸਿੱਧੂ ਬਾਈ ਦੇ ਘਰ ਤੁਸੀਂ ਗਏ, ਜਦੋਂ ਜਦੋਂ ਤੁਸੀਂ ਘਰੇ ਗਏ ਸੀਗੇ ਉਦੋਂ ਬੇਬੇ ਬਾਪੂ ਨੂੰ ਪਤਾ ਸੀਗਾ ਵੀ ਤੁਸੀਂ ਉਦੋਂ, ਮਤਲਬ ਉਦੋਂ ਜਦੋਂ ਗਏ ਸੀਗੇ? ਬਾਪੂ ਸਾਨੂੰ ਐਗਜ਼ੈਕਟ ਨਹੀਂ ਪਤਾ ਸੀ ਉਦੋਂ ਕਿੱਥੇ ਸੀ, ਕਿਉਂਕਿ ਉਦੋਂ ਉਹਨਾਂ ਦੇ ਪੁਰਾਣੇ ਘਰੇ ਸੀ। ਅੱਛਾ, ਉਦੋਂ ਸਿਰਫ ਸਿੱਧੂ ਬਾਈ ਨੂੰ ਮਿਲੇ? ਸਿੱਧੂ ਬਾਈ ਨੂੰ ਮਿਲੇ ਸੀ ਅਤੇ ਉਹਦੇ ਦੋ ਚਾਰ ਪੰਜ ਵੀ ਫਰੈਂਡ ਸਰਕਲ ਦੇ ਬਾਹਰਲੇ, ਹੈ ਨਾ ਵੀ ਉੱਧਰ ਬੈਠੇ ਸੀ ਦੋਸਤ ਦੋਸਤ। ਅਤੇ ਉਦੋਂ ਤੁਸੀਂ ਇਸ ਇੱਦਾਂ ਮਤਲਬ ਬੋਲੀਆਂ ਸ਼ੁਰੂ ਕਰਤੀਆਂ ਸੀ ਵਿਆਹਾਂ ਸ਼ਾਦੀਆਂ 'ਚ ਜਾਣਾ? ਉਸ ਟਾਈਮ ਪ੍ਰੋਫੈਸ਼ਨ ਨਹੀਂ ਸਟਾਰਟ ਕੀਤਾ ਸੀ, 17-18 ਦੀ ਗੱਲ ਹੈ, ਮੈਨੂੰ ਲੱਗਦਾ ਜੇ ਮੈਂ ਜਾਣਾ ਸੀ ਉਦੋਂ ਗਰਮੀਆਂ ਦੀ ਗੱਲ ਸੀ। ਓਕੇ, ਅਤੇ ਤੁਸੀਂ ਆਪਣੇ ਬਾਰੇ ਦੱਸਿਆ ਕੁਝ ਵੀ ਤੁਸੀਂ ਮੇਰੇ ਬ੍ਰਦਰ ਨਾਲ ਇੱਦਾਂ ਪੜ੍ਹਦੇ ਸੀ? ਉਹਨਾਂ ਨੂੰ ਜਾਣਦੇ ਸੀ? ਬ੍ਰਦਰ ਕਰਕੇ ਉਹਨੇ ਗੇਟ ਖੋਲਿਆ ਸੀ। ਅੱਛਾ, ਪਹਿਲਾਂ ਜਾਣਦੇ ਸੀਗੇ? ਓਕੇ, ਬ੍ਰਦਰ ਕਰਕੇ ਉਹਨੇ ਗੇਟ ਖੋਲਿਆ ਸੀ। ਓਕੇ ਓਕੇ, ਅਤੇ ਕੀ ਗੱਲਬਾਤ ਹੋਈ ਸੀ ਬਾਈ ਦੇ ਨਾਲ? ਬਸ ਵਧੀਆ, ਕਹਿੰਦਾ ਕਿੱਦਾਂ ਚੱਲ ਰਹੀਆਂ ਪੜ੍ਹਾਈਆਂ, ਉਦੋਂ ਮੈਨੂੰ ਲੱਗਦਾ ਮੈਂ ਪਲੱਸ ਟੂ ਕਰ ਰਿਹਾ ਸੀ ਅਜੇ ਸ਼ਾਇਦ, ਅਤੇ ਵੀ ਕਹਿੰਦਾ ਹੋਰ ਵੀ ਜ਼ਿੰਦਗੀ ਦੇ ਤਜਰਬੇ, ਬਸ ਵੀ ਜਿੰਨਾ ਕੁ ਟਾਈਮ ਸਾਨੂੰ ਮਿਲਿਆ ਅਸੀਂ 5-7 ਮਿੰਟ ਖੜ੍ਹੇ ਹੋਵਾਂਗੇ, ਅਤੇ ਫਿਰ ਉਦੋਂ ਬਾਅਦ ਦੁਬਾਰਾ ਫਿਰ ਦੂਜੀ ਵਾਰ ਮੁਲਾਕਾਤ ਹੋਈ। ਉਦੋਂ ਬਾਈ ਨੇ ਲੰਡਨ ਜਾਣਾ ਸੀ। ਅੱਛਾ ਜੀ, ਜਦੋਂ ਉਹ ਗਾਣਾ ਸੀ ਮੈਂ ਥੋੜੀ ਤੇਜ਼ ਹਾਂ ਤੇ ਉਹ ਪੋਲਾ, ਤੇ ਉਹਦਾ ਨਾ ਬੈਗ ਬਣ, ਉਦੋਂ ਮੈਂ ਆਲਸ ਕਰਦਾ ਹੁੰਦਾ ਸੀ। ਅੱਛਾ ਜੀ, ਪੀਟੀ ਮੇਰੀ ਮੈਡਮ ਬੜੀ ਫੈਨ ਸੀ, ਲਵਪ੍ਰੀਤ ਮਠਾੜੂ ਨਾਮ ਸੀ, ਮੈਂ ਦੱਸ ਦਿੰਦਾ ਜੇ ਮੈਂ ਕਦੇ ਨਾਮ ਨਹੀਂ ਲਿਆ, ਤੇ ਉਹ ਨਾ ਮੈਂ ਬੈਗ ਮਤਲਬ ਕਿ ਇੱਦਾਂ ਮਤਲਬ ਬਾਈ ਜਾ ਰਿਹਾ ਮਤਲਬ ਜਿੱਦਾਂ ਟੈਚੀ ਰੱਖਣੇ ਹੁਣ, ਤੇ ਮੈਂ ਉਹ ਮੈਂ ਖੜੀ ਬਾਈ ਕਹਿੰਦਾ ਕੀ ਹੋ ਗਿਆ, ਮੈਂ ਕਿਹਾ ਮੇਰੀ ਨਾ ਮੈਡਮ ਵਾਲੀ ਵੱਡੀ ਫੈਨ ਆ ਯਾਰ, ਮੈਂ ਕਿਹਾ ਸਾਈਨ ਕਰਕੇ ਦੇ ਦੇ ਯਾਰ, ਆਟੋਗ੍ਰਾਫ ਦੇ ਦੇ, ਮੈਂ ਮੇਰੀ ਆਈਲੈਟਸ ਨਿਕਲ ਜੂਗੀ, ਵੀਡੀਓ ਵਗੈਰਾ ਪਾਈ ਜਾਂਦਾ ਯਾਰ, ਸਾਈਨ ਕਰਕੇ ਦੇ ਤੇ ਉਹ ਸ਼ਾਇਦ ਮੈਂ ਪੇਜ ਦੇ ਵਿੱਚ ਉਹ ਲੈ ਕੇ, ਫਿਰ ਉਹਨਾਂ ਨੂੰ ਮੈਨੂੰ ਲੱਗਦਾ ਸ਼ਾਇਦ ਅੱਜ ਵੀ ਉਹਨਾਂ ਕੋਲ ਹੋਵੇ ਆਟੋਗ੍ਰਾਫ ਉਹ ਸਿੱਧੂ ਮੂਸੇਵਾਲਾ ਦਾ। ਤੇ ਫਿਰ ਤੀਜੀ ਵਾਰ ਅਸੀਂ ਇੱਕ ਕੈਂਪ ਦੇ ਦੌਰਾਨ ਮਿਲੇ ਸੀ, ਜਿਹੜੇ ਉਹਨਾਂ ਦੇ ਪਿੰਡ ਕੈਂਪ ਲੱਗਿਆ ਸੀ, ਉਹ ਸ਼ਾਇਦ ਕੈਂਸਰ ਰਿਲੇਟਡ ਕੈਂਪ ਸੀ। ਹਾਂਜੀ ਹਾਂਜੀ। ਤੇ ਚੌਥੀ ਵਾਰ ਫਿਰ ਕਾਫੀ ਇੱਦਾਂ ਮੁਲਾਕਾਤਾਂ ਹੁੰਦੀਆਂ ਰਹੀਆਂ, ਲਾਸਟ ਟਾਈਮ ਮੈਨੂੰ ਮਿਲੇ ਸੀ ਫੈਬ ਦੇ ਵਿੱਚ, ਸਾਡੇ ਨਾ ਸਰਦਾਰ ਰੀਪਰਾਂ ਦਾ ਵਿਆਹ ਸੀ, ਉੱਥੇ ਆਇਆ ਸੀ ਬਾਈ, ਪੋਲੀਟੀਸ਼ੀਅਨ ਉਦੋਂ ਚੱਲ ਰਹੀ ਸੀ, ਵੋਟਾਂ ਦੇ ਵਿੱਚ ਖੜੇ ਸੀ, ਉਦੋਂ ਬਾਈ ਆਏ ਸੀ, ਉਦੋਂ ਵਿਆਹ ਦੇ ਵਿੱਚ ਵੀ ਗੱਲਬਾਤ ਹੋਈ ਸੀ। ਜਿਹੜਾ ਬੰਦਾ ਕਦੇ ਮਿਲਿਆ ਨਹੀਂ ਉਹ ਇੱਦਾਂ ਸੋਚਦਾ ਵੀ ਬਾਈ ਹਜੇ ਵੀ ਉੱਥੇ ਹੀ ਨੇ, ਉੱਥੇ ਪਿੰਡ ਦੇ ਵਿੱਚ ਰਹਿੰਦੇ ਹੋਣਗੇ, ਪਰ ਜਿਵੇਂ ਤੁਸੀਂ ਮਿਲੇ ਹੋ ਤੁਹਾਡਾ ਮਾਇੰਡ ਸੈੱਟ ਕੁਛ ਹੋਰ ਹੋਣਾ, ਤੁਹਾਨੂੰ ਜਦੋਂ ਬਾਈ ਦੀ ਯਾਦ ਆਉਂਦੀ ਹੈ ਉਦੋਂ ਕੀ ਮਾਇੰਡ ਦੇ ਵਿੱਚ ਆਉਂਦੀ ਹੈ ਗੱਲ? ਸਾਡੇ ਲਈ ਨਾ ਨੋਰਮਲ ਹੀ ਲੱਗਦੀ ਸੀ ਚੀਜ਼, ਜਿਵੇਂ ਕਹਿੰਦਾ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ, ਜਿੱਦਾਂ ਆਪਾਂ ਨੂੰ ਕੋਲ ਤੁਹਾਡੇ ਚੀਜ਼ ਹੋਵੇ ਨਾ ਉਹਦੀ ਵੈਲਿਊ ਨਹੀਂ ਪਤਾ ਹੁੰਦੀ ਤੁਹਾਨੂੰ, ਜਿੱਦਾਂ ਆਪਾਂ ਕਹਿ ਦਿੰਦੇ ਸਿੱਧੂ ਯਾਰ ਨੋਰਮਲੀ ਤਾਂ ਤੁਰਿਆ ਫਿਰਦਾ, ਕਦੇ ਮਾਨਸਾ ਆ ਗਿਆ, ਕਦੇ ਇੱਧਰ ਚੱਲ ਗਿਆ, ਕਦੇ ਉੱਧਰ ਚੱਲ ਗਿਆ, ਬਾਹਰਲੇ ਜਦੋਂ ਬਾਹਰ ਅਸੀਂ ਜਾਂਦੇ ਹਾਂ ਲੰਡਨ ਦੇ ਵਿੱਚ ਗਏ, ਹੈ ਨਾ ਉਹ ਇੰਨੀ ਕੁ ਜ਼ਿਆਦਾ ਹਾਈਪ, ਜਿੱਦਾਂ ਯਾਰ ਲਾ ਲਓ BBC ਦੇ ਉੱਤੇ ਬਹੁਤ ਸਾਰੇ ਉੱਦਾਂ ਵੀ ਸੋਚਦੇ, ਅਸੀਂ ਤਾਂ ਯਾਰ ਵੀ ਇੱਕ ਅਸੀਂ ਤਾਂ ਪੇਂਡੂ ਦਿਹਾਤੀ ਲੋਕ ਸਮਝਦੇ ਹਾਂ ਵੀ ਯਾਰ ਕਦੇ ਉਹ ਖੇਤਾਂ 'ਚ ਫਿਰਦਾ ਰੋਟੀ ਖਾਂਦਾ, ਕਦੇ ਕੁਛ ਕਰਦਾ ਜੀ ਉਹ, ਹੈ ਨਾ ਪਰ ਉਸ ਲੈਵਲ ਤੱਕ ਦੇਖਦੇ ਹਾਂ ਨਾ ਯਾਰ ਵੀ ਬੰਦਾ BBC 'ਤੇ ਚੱਲ ਰਿਹਾ ਯਾਰ, ਹੈ ਨਾ ਅਤੇ ਮਤਲਬ ਇੰਨਾ ਕੁ ਜ਼ਿਆਦਾ ਪਿਆਰ ਦੇ ਰਹੇ ਉਹਨੂੰ ਬਹੁਤ ਸਾਰੇ ਲੋਕ, ਰੇਡੀਓ ਇੰਟਰਵਿਊ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਉੱਥੇ ਆਪਦੀਆਂ ਕੰਧਾਂ ਦੇ ਉੱਤੇ, ਜਿਵੇਂ ਆਪਣੇ ਇੱਥੇ ਪੰਜਾਬ ਦੇ ਵਿੱਚ ਰੈਸਟੋਰੈਂਟਾਂ ਦੇ ਉੱਤੇ ਬਾਈ ਦੀ ਬਰਮਿੰਘਮ ਸਾਈਡ ਹੈ ਸੋ ਰੋਡ ਦੇ ਉੱਤੇ, ਹਾਂਜੀ ਉਹ ਬਣੀ ਹੋਈ ਹੈ ਬਾਈ ਦੀ ਪੇਂਟਿੰਗ, ਉਹ ਕਿਸੇ ਨੇ ਟਰੈਕਟਰ ਖੜਾਇਆ ਹੋਇਆ ਨਾਟਕ ਗਿਆਰਾ, ਬਹੁਤ ਸਾਰਾ ਇੱਦਾਂ ਮਤਲਬ ਇੰਨਾ ਕੁ ਜ਼ਿਆਦਾ ਪਿਆਰ ਮਿਲ। ਹੁਣ ਸਾਡੇ ਜਿਹੜਾ ਇੱਕ ਸਾਡਾ ਸਟੇਡੀਅਮ ਸੀ ਉਸ ਨੂੰ ਬਾਈ ਨੇ ਘੋਸ਼ਿਤ ਕੀਤਾ ਵੀ ਇਹਨੂੰ ਸਟੇਡੀਅਮ ਹੀ ਬਣਾਵਾਂਗੇ, ਪਰ ਉਹਦਾ ਵੀ ਹੁਣ ਤੁਹਾਨੂੰ ਪਤਾ ਬਾਈ, ਪਰ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ, ਹੁਣ ਮਾਨਸਾ ਦੇ ਵਿੱਚ ਬਈ ਇੰਨਾ ਪੈਸਾ ਆਇਆ ਬਈ ਸੀਵਰੇਜ ਦਾ, ਹੈ ਨਾ
ਉਹ ਵੀ ਕਿਤੇ ਮਤਲਬ ਆਪਣੀ ਪੋਲੀਟੀਸ਼ੀਅਨ ਹੀ ਉੱਦਾਂ ਦੀਆਂ, ਅਸੀਂ ਬਈ ਗਲੀਆਂ ਤੇ ਨਾਲੀਆਂ ਜੋਗੇ ਰਹਿ ਜਾਂਗੇ, ਇਦੋਂ ਅੱਗੇ ਅਸੀਂ ਵੱਧ ਹੀ ਨਹੀਂ ਸਕਦੇ। ਐਜੂਕੇਸ਼ਨ ਹੈਲਥ ਬਹੁਤ ਦੂਰ ਦੀ ਗੱਲ ਹੈ, ਕਿਉਂ ਲੋਕ ਬਈ ਇਸੇ ਗੱਲੋਂ ਬਾਹਰ ਜਾ ਰਹੇ ਵੀ ਠੀਕ ਹੈ ਯਾਰ, ਉੱਥੇ ਐਜੂਕੇਸ਼ਨ ਵੀ ਫ੍ਰੀ ਹੈ, ਹੈਲਥ ਤਾਂ ਚਲੋ ਥੋੜ੍ਹਾ ਮੋਟਾ ਉੱਥੇ ਮੰਨਦੇ ਬਈ ਇਸ਼ੂ ਠੀਕ ਹੈ, ਪਰ ਉੱਥੇ ਬੰਦੇ ਦੀ ਜਾਨ ਨੂੰ ਜ਼ਿਆਦਾ ਪ੍ਰਾਇਓਰਟੀ ਜ਼ਰੂਰ ਦਿੰਦੇ ਆ। ਪਰ ਆਪਣੇ ਇੰਡੀਆ ਦੇ ਵਿੱਚ ਇਹ ਜ਼ਰੂਰ ਮੰਨਦਾ ਵੀ ਹੈਲਥ ਸਿਸਟਮ ਵਧੀਆ ਵੀ ਆਪਣਾ ਬੰਦਾ ਬਚਾ ਦਿੰਦੇ ਆ, ਪਰ ਆਪਣੇ ਬਈ ਗਲੀਆਂ ਅਤੇ ਨਾਲੀਆਂ ਆਪਾਂ ਉੱਥੇ ਉਲਝੇ ਪਏ ਹਾਂ ਵੀ ਲਾਈਟਾਂ ਤੱਕ ਵੀ ਬਈ ਬਸ ਆਹ ਚੀਜ਼ ਹੱਲ ਹੋ ਜਾਣ। ਬਾਈ ਨੇ ਸਾਡੇ ਆਪਦੇ, ਪਰ ਇੱਕ ਤੁਸੀਂ ਬੜੀ ਚੀਜ਼ ਸੁਣੀ ਵੀ ਹੋਣੀ ਗੱਲ, ਮਾਨਸਾ ਦੇ ਵਿੱਚ ਬਾਈ ਨੇ ਨਾ ਬਾਕਸ ਦਾਨ ਕੀਤੇ ਸੀ, ਡੈਥ ਬਾਕਸ ਹੁੰਦੇ ਜੀ, ਉਹਦੇ ਵਿੱਚ ਲਾਸ਼ ਵੀ ਪਹਿਲੀ ਉਹਦੀ ਪਈ ਮਾਨਸਾ ਸਰਕਾਰੀ ਹਸਪਤਾਲ ਦੇ ਵਿੱਚ, ਉਸ ਚੀਜ਼ ਨੂੰ ਉਹਨੂੰ ਦਾਨ ਕੀਤੇ ਨਾ, ਅਤੇ ਕੁਝ ਕੁ ਸਮੇਂ ਬਾਅਦ ਹੀ ਹੈ ਨਾ ਵੀ ਜਦੋਂ ਬਾਈ ਦੀ ਡੈਥ ਹੋਈ ਅਤੇ ਉਹ ਬਾਕਸਾਂ ਦੇ ਵਿੱਚ ਲਾਸ਼ ਪਹਿਲੀ ਬਾਈ ਸਿੱਧੂ ਦੀ ਪਈ, ਅਤੇ ਉਹ ਕਿੱਦਾਂ ਨਾ ਕਿਤੇ ਲੱਗਦਾ, ਸ਼ਾਇਦ ਮੈਨੂੰ ਲੱਗਦਾ ਜੇ ਰਹਿ ਜਾਂਦਾ ਕਿਤੇ ਨਾ ਕਿਤੇ ਵੀ ਸਰ ਸਾਡਾ ਮਾਨਸਾ ਦੀ ਤਰੱਕੀ ਬਹੁਤ ਹੋ ਜਾਣੀ ਸੀ, ਕਿਉਂਕਿ ਸਾਨੂੰ ਪੋਲੀਟੀਸ਼ੀਅਨਸ ਕੋਈ ਲੀਡਰ ਹੀ ਨਹੀਂ ਮਿਲਿਆ। ਕੋਈ ਕਹਿ ਦਿੰਦੇ ਜੀ ਕਾਂਗਰਸ ਮਾੜੀ ਆ, ਕੋਈ ਕਹਿੰਦੇ ਜੀ ਅਕਾਲੀ ਮਾੜੇ ਆ, ਕੋਈ ਆਮ ਆਦਮੀ। ਤੁਹਾਨੂੰ ਸਿੱਧੂ ਬਾਈ ਦੀ ਬੋਲੀਆਂ ਦੇ ਡਿਮਾਂਡ ਆਉਂਦੀ ਆ ਵੀ ਸਿੱਧੂ ਬਾਈ ਦੇ ਕੋਈ ਗਾਣਾ ਬੋਲੀਆਂ ਦੇ ਵਿੱਚ? ਬਹੁਤ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਕੋਈ ਸੁਣਾਓਗੇ ਬਾਈ ਦੇ ਗਾਣੇ ਦੀ ਕੋਈ ਬੋਲੀ? ਬਹੁਤ ਸੀ, ਉਹ ਇੱਕ ਬੋਲੀ ਸੀ ਬਾਈ, ਮੈਂ ਸ਼ਾਇਦ ਫੋਨ 'ਚ ਦੇਖ ਕੇ ਸਨ, ਕਿਉਂਕਿ ਮੈਂ ਕਈ ਚੀਜ਼ਾਂ ਸਕਿੱਪ ਹੋ ਜਾਂਦੀਆਂ। ਨੀ ਟਿੱਬਿਆਂ ਦਾ ਪੁੱਤ ਨਾਲੇ ਮਾਨਸਾ ਦੀ ਸ਼ਾਨ, ਨੀ ਟਿੱਬਿਆਂ ਦਾ ਪੁੱਤ ਨਾਲੇ ਮਾਨਸਾ ਦੀ ਸ਼ਾਨ, ਸਾਨ ਜਿੱਦਾਂ ਕੱਦ ਦੇਖ ਕਿੰਨੀ ਮੋਚ ਜਾਣ ਨੀ। ਇਹ ਹੁਣ ਕਦੇ ਖੜ, ਸੋਰੀ ਮੈਂ ਦੁਬਾਰਾ ਗਾਉਣ ਲੱਗਿਆ ਨਾ। ਟਿੱਬਿਆਂ ਦਾ ਪੁੱਤ ਨਾਲੇ ਮਾਨਸਾ ਦੀ ਸ਼ਾਨ, ਨੀ ਨੀ ਛੇ ਫੁੱਟਾਂ ਕੱਦ ਵੇਖ ਸਾਨ ਜਿੰਨੀ ਜਾਣ ਨੀ, ਆਮਰੀ ਫੇਵਰੇਟ ਬੋਲੀ ਆ। ਕਲਯੁੱਗ ਦਾ ਹੈ ਆਇਆ ਜਮਾਨਾ, ਪੈਂਦੇ ਚੋਰਾਂ ਨੂੰ ਮੋਰ, ਨੀ ਜੱਟ ਦੇ ਘੈਂਟ ਟਰੈਕਟਰ ਮੂਰੇ, ਜੱਟ ਦੇ ਘੈਂਟ ਟਰੈਕਟਰ ਮੂਰੇ, ਲਿਖਿਆ ਹੈ ਕੋਈ ਹੋਰ ਨੀ, ਕੱਲੇ ਕੱਲੇ ਗੀਤ ਦੇ ਉੱਤੇ ਕੱਲੇ ਕੱਲੇ, ਮਰਦੀਆਂ ਵੇਖ ਲੈ ਨਾਰਾ ਨਾਟ ਗਿਆਰਾ ਨੀ, ਖੇਤ ਚ ਮਾਰੇ ਛਾਲਾ ਨਾਟ ਗਿਆਰਾ ਨੀ, ਖੇਤ ਚ ਮਾਰੇ ਛਾਲਾ ਨਾਟ ਗਿਆਰਾ ਨੀ। ਤੇ ਵੀਰੇ ਉਦਾਂ ਮਤਲਬ ਕਈ ਲੋਕ ਏਦਾਂ ਵੀ ਕਹਿੰਦੇ ਨੇ ਵੀ ਸਿੱਧੂ ਬਾਈ ਦਾ ਗਾਣਾ ਹੀ ਤੁਸੀਂ ਗਾ ਕੇ ਸੁਣਾਓ ਬੋਲੀ ਦੇ ਰੂਪ ਦੇ ਵਿੱਚ, ਬਹੁਤ ਸਾਰੇ ਥਾਵਾਂ ਤੇ। ਮੈਂ ਬਾਈ ਇਹ ਚਾਹੁੰਦਾ ਵੀ ਇਹਦੇ ਨਾਲ ਬੁੱਕ ਚੋਂ ਕਹਿੰਦੇ ਇਹਨੂੰ, ਹਾਂ ਇਹਦੇ ਨਾਲ ਸੁਣਨਾ ਚਾਹੁੰਦਾ ਬਾਈ ਕੋਈ ਗਾਣਾ ਜੇ ਤੁਸੀਂ ਵੈਸੇ ਸੁਣ ਕੇ। ਚੱਲ ਗਗਨ ਉਹ ਡਾਲਰ ਗਾਣਾ ਗਾਣੇ ਹਨਾ, ਡਾਲਰ ਗਾਣੇ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ। ਸਾਡੇ ਵਾਂਗੂ ਸਾਡੀਆਂ ਨੀ ਬਲੈਕਲਿਸਟਡ ਕਾਰਾਂ ਨੇ, ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾਂ ਨੇ, ਬੱਗ ਕਤੀਰਾਂ ਦਾ ਸ਼ੇਰਾਂ ਨਾਲ ਨਹੀਂ ਰਲਦਾ, ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ, ਡਾਲਰਾਂ ਵਾਂਗੂ ਨਹੀਂ ਐ ਨਾਮ ਸਾਡਾ ਚੱਲਦਾ, ਜਿੰਨੇ ਵੀ ਯਾਰ ਮੇਰੇ ਸਾਰੇ ਅੱਗ ਲਾਊ ਨੇ, ਮੁੰਡਾ ਤਾਂ ਸਾਊ ਐ ਉਹਦੇ ਗੀਤ ਭੜਕਾਊ ਨੇ, ਸਿੱਧੂ ਮੂਸੇ ਵਾਲਾ ਜੋ ਲਿਖਦਾ ਸ਼ਰੇਆਮ ਸਾਡਾ ਚੱਲਦਾ, ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ, ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ। ਹਰਫ ਚੀਮੇ ਦਾ ਗੀਤ ਸੀ ਬਾਈ, ਪਹਿਲਾ ਹੀ ਗੀਤ ਸੀ ਬਾਈ ਨੇ ਗਾਇਆ ਸੀ, ਪਿੰਡ ਦੀਆਂ ਗਲੀਆਂ ਚ ਖੇਡ ਖੇਡ ਕੱਢ ਦਿੱਤੇ ਚੇਤੇ ਆਉਂਦੇ ਮੈਨੂੰ, ਉਹ ਸਿਆਲ ਨਹੀਂ ਉਹ ਭੁੱਲਦੇ, ਪਾਥੀਆਂ ਤੇ ਤੇਲ ਪਾਪਾ ਬਾਲੀਆਂ ਸੀ, ਧੂਣੀਆਂ ਖੁੰਡਾਂ ਉੱਤੇ ਕੱਢ ਤੇ ਸਿਆਲ ਨਹੀਂ ਉਹ ਭੁੱਲਦੇ, ਕਿਸੇ ਸੋਹਣੀ ਦੀਆਂ ਜੁਲਫਾਂ ਦਾ ਕੀ ਯਾਦ ਆਉਣੀਆਂ ਨੇ, ਬੇਬੇ ਦੇ ਉਲਝੇ ਹੋਏ ਵਾਲ ਨਹੀਂ ਭੁੱਲਦੇ, ਸੀਸ ਦੇ ਕੇ ਜਿਨ੍ਹਾਂ ਨੇ ਮੂੰਹ ਮੋੜੇ ਕਹਿੰਦਾ ਚੀਮੇ ਕੌਮੇ ਉੱਤੇ ਉੱਠੇ, ਉਹ ਸਵਾਲ ਨਹੀਂ ਭੁੱਲਦੇ, ਵਿਰਸੇ ਨੂੰ ਚਿੰਬੜੀ ਹੈ ਫੈਸ਼ਨਾਂ ਦੀ ਜੋਕ ਨਹੀਂ, ਪੰਜਾਬੀ ਜਵਾਨੇ ਤੈਨੂੰ ਭੁੱਲ ਗਏ ਨੇ ਲੋਕ,
ਚੰਡੀਗੜ੍ਹ ਕੋਠੀ ਲਈਏ ਟੌਰ ਕੀ ਜ਼ਮੀਨ ਦੀ ਛੱਡ ਬਾਪੂ ਚਾਦਰੇ ਨੂੰ ਟੌਰ ਵੇਖ ਜੀਣ ਦੀ ਚਾਦਰੇ ਦੇ ਵਾਝੋ ਰੋਵੇ ਜੁੱਤੀ ਵਾਲੀ ਨੌਕਰੀ ਪੰਜਾਬੀ ਜ਼ਬਾਨੇ ਤੈਨੂੰ ਭੁੱਲ ਗਏ ਨੇ ਲੋਕ। ਚੰਗੀਆਂ ਚੀਜ਼ਾਂ ਬਹੁਤ ਨੇ ਪਰ ਲੋਕ ਹਰ ਇੱਕ ਕਲਾਕਾਰ ਦੇ ਬਾਈ ਤੁਸੀਂ ਕਿਸੇ ਵੀ ਕਲਾਕਾਰ ਦਾ ਨਾਮ ਲੈ ਦਿਓ ਮੇਰੇ ਮੂਹਰੇ ਵੀ ਬਾਈ ਹਰ ਇੱਕ ਕਲਾਕਾਰ ਦੇ ਉਹਨਾਂ ਦੇ ਨੈਗੇਟਿਵ ਪੱਖ ਨੂੰ ਛੱਡ ਤੇ ਜੇ ਪੋਜ਼ਿਟਿਵ ਸੋਚ ਹਰ ਇੱਕ ਬੰਦੇ ਨੇ ਬਹੁਤ ਵਧੀਆ ਵਧੀਆ ਵਰਗ ਦੇ ਗੀਤ ਗਾਏ ਆ। ਹੁਣ ਤੁਸੀਂ ਗੈਰੀ ਸੰਧੂ ਦੇ ਲਾ ਲਓ ਬਾਈ ਸਭ ਤੋਂ ਸੋਹਣਾ ਗੀਤ ਹੈ ਗੈਰੀ ਸੰਧੂ ਲੱਖ ਕੋਸ਼ਿਸ਼ ਕਰ ਲਿਓ ਜਦੋਂ ਤੋਂ ਗੀਤ ਨਹੀਂ ਲਿਖਿਆ ਜਾਣਾ ਕੋਈ ਜਿਗਰ ਦਾ ਟੋਟਾ ਤੁਰ ਚੱਲਿਆ ਇਹ ਤਾਂਹੀਓ ਉਹ 'ਚ ਸਿੱਧੂ ਬਾਈ ਦਾ ਵੀ ਉਹਨੇ ਵਿਖਾਇਆ ਹਨਾ ਕਈਆਂ ਦੇ ਪੁੱਤ ਛੇਤੀ ਤੁਰ ਗਏ ਹਨਾ ਚਾ ਸਾਰੇ ਸੀ ਸਾਰੇ ਰੁਲ ਗਏ ਹਨਾ ਸੀ ਸਜਾਈ ਫਿਰਦੀ ਸਿਹਰਾ ਸੁਪਨੇ ਮਾਂ ਦੇ ਵਿੱਚ ਰੁਲ ਗਏ ਤਰਸ ਜਿਹਨੂੰ ਰਤਾ ਨਾ ਆਇਆ ਰੱਬ ਮੇਰੇ ਲਈ ਕਾਣਾ ਉਹਦੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਿਸੇ ਵੀ ਕਲਾਕਾਰ ਦਾ ਨਾਮ ਲੈ ਦਿਓ ਮੇਰੇ ਬੁਰੇ ਬਾਈ ਮੈਂ ਉਦੋਂ ਤੈਨੂੰ ਆਹ ਗੀਤ ਰੱਖ ਕੇ ਦੱਸ ਦੂੰਗਾ ਵੀ ਬਾਈ ਆਹ ਬੰਦੇ ਨੂੰ ਕੁਲਵਿੰਦਰ ਬਿੱਲੇ ਬਾਈ ਨੇ ਪੰਜਾਬ ਗਾਏ ਸੁਣਦੇ ਨਹੀਂ ਲੋਕ ਇੱਕ ਮੈਂ ਨਾਮ ਨਹੀਂ ਲਊਂਗਾ ਥੋੜ੍ਹੇ ਦਿਨ ਪਹਿਲਾਂ ਮੇਰੇ ਜੀ ਦੀ ਗੱਲ ਕਰ ਰਿਹਾ ਰੇਸ਼ਮ ਹੈ ਬਾਈ ਉਹ ਮੈਨੂੰ ਇੰਗਲੈਂਡ ਲੈ ਗਿਆ ਮੇਰਾ ਬਈ £50 ਕਿਰਾਇਆ ਲੱਗਿਆ £30 ਇੱਕ ਦੇ ਇੱਕ ਪਾਸੇ ਤੁਸੀਂ ਲਾ ਲਓ ਇੰਡੀਆ ਦਾ ਬਣ ਗਿਆ ਆਪਣਾ 4-5 ਹਜ਼ਾਰ ਰੁਪਏ ਬਣ ਗਿਆ ਆਪਣਾ ਕਿਰਾਇਆ ਲਾ ਕੇ ਗਏ ਮੈਂ ਵਰਦੀ ਪਾਇਆ ਸਾਨੂੰ ਇੰਨੀ ਐਕਸਾਈਟਮੈਂਟ ਅਤੇ ਅਸੀਂ ਪਰਫੋਰਮੈਂਸ ਕੀਤੀ ਕਿਸੇ ਇਵੈਂਟ ਦੇ ਵਿੱਚ ਜੇ ਉਹ ਸਾਡੇ ਕੋਲ ਬੰਦਾ ਆਇਆ ਉਹਨੇ ਜੇ ਮੈਨੂੰ ਮੇਰੇ ਜਿਹੜੇ ਮਿੱਤਰ ਨੇ ਗੱਲ ਕੀਤੀ ਉਹ ਪੇਮੈਂਟ ਦਊਗਾ ਪੈਸੇ ਦਊਗਾ ਹੈ ਨਾ ਉਹ ਚੱਲ ਵੀ ਗੱਲ ਪੈਸੇ ਦੀ ਵੀ ਨਹੀਂ ਸੀ ਅਸੀਂ ਐਡੀ ਦੂਰ ਆਏ ਵੀ ਕਮਲਿਆ ਵੀ ਤੂੰ ਲਾ ਲਾ ਹੈ ਨਾ ਵੀ ਲੰਡਨ ਤੋਂ ਵੀ ਤੁਸੀਂ ਕਿੰਨੇ ਇੰਨੀ ਦੂਰ ਇੰਨੇ ਮਾਇਲ ਆਏ ਹੋ ਹਨਾ ਵੀ ਤੁਹਾਡਾ ਕਿਰਾਇਆ ਲੱਗਿਆ ਨਾ ਵੀ ਓਬਵੀਅਸਲੀ ਤੁਸੀਂ ਉਹ ਤਾਂ ਉਹਨੇ ਜੇਬ 'ਚ ਹੱਥ ਪਾਇਆ ਐਂ ਕਰਕੇ ਕਹਿੰਦਾ ਕਿੰਨੇ ਜਾਣੇ ਤੁਸੀਂ ਕਹਿੰਦਾ 1-2-3 ਸਾਨੂੰ ਅਸੀਂ ਪੈਸੇ ਕੱਢੂਗਾ ਉਹਨੇ ਐਂ ਕਰਕੇ ਰੁਮਾਲ ਕੱਢਿਆ ਨੱਕ ਪੂੰਝਿਆ ਆਹ ਕਹਿੰਦਾ 3 ਖਾਣ ਵਾਲੇ ਉਹ ਫੜਾ ਦੇ ਉਹ ਕੋਈ ਪਕੌੜੇ ਜੇ ਪਾਏ ਹੋਏ ਸੀ ਬੱਚੇ 1-2-3 ਆਈ ਕੰਮ ਕਰਨਾ ਵੈਰੀ ਗੁੱਡ ਬੈਸਟ ਆਫ ਲੱਕ ਭਾਈ ਅਸੀਂ 2-3 ਦਿਨ ਹੱਸੀ ਗਏ ਅਸੀਂ ਕਿਹਾ ਵੀ ਸਾਡੇ ਨਾਲ ਬਣ ਕੀ ਗਿਆ ਵੀ ਬੰਦੇ ਨੇ ਬੁਲਾਇਆ ਕਾਹਦੇ ਲਈ ਸੀ ਸਾਨੂੰ ਨਾਲੇ ਅਸੀਂ ਉੱਥੇ ਕੰਮ ਕੀਤਾ ਹਨਾ ਜੇ ਉਹ ਐਡਰੈਸ ਪਾ ਕੇ ਉਹ ਕਦੇ ਕਦੇ ਸਾਡੇ ਨਾਲ ਇੱਦਾਂ ਦੇ ਹਾਸੇ ਵਾਪਰ ਜਾਂਦੇ ਪਰ ਅਸੀਂ ਬਾਅਦ ਦਿਲ 'ਤੇ ਨਹੀਂ ਰਹਿੰਦੇ ਪਰ ਉਹ ਸਾਡੀ ਫਨੀ ਮੂਵਮੈਂਟ 'ਚ ਚੀਜ਼ ਐਡ ਹੋ ਜਾਂਦੀ ਹੈ। ਥੈਂਕ ਯੂ ਸੋ ਮਚ ਵੀਰੇ ਬਹੁਤ ਬਹੁਤ ਧੰਨਵਾਦ ਆਏ ਸੁੱਖ ਵੀਰੇ ਵਾਹਿਗੁਰੂ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਕਿਰਪਾ ਕਰੇ ਤੁਹਾਡੇ ਦੇ ਮਾਲਕ ਥੈਂਕ ਯੂ।